ਸਵਾਗਤ ਹੈ ਜੀ ਆਪ ਸਭ ਦਾ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਇਸ ਪ੍ਰੋਗਰਾਮ ਵਿੱਚ ਅਸੀਂ ਸਵਾਗਤ ਕਰਦੇ ਹਾਂ ਸਾਡੇ ਨਾਲ ਨੇ ਅਵਤਾਸ ਸਿੰਘ ਸ਼ੇਰਗਿੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸ਼ੇਰਗਿੱਲ ਸਾਹਿਬ ਹਾਲ ਭਾਜੀ ਬਹੁਤ ਵਧੀਆ ਜੀ ਮੇਰਾ ਤਾਂ ਅੱਛਾ ਜੀ ਪਰ ਮੇਰਾ ਇੱਕ ਮਿੱਤਰ ਹੈ ਜੀ ਅੱਛਾ ਜੀ ਸ਼ਾਇਦ ਤੁਸੀਂ ਵੀ ਜਾਣਦੇ ਹੋਵੋਗੇ ਸੰਦੀਪ ਨਾ ਦਾ ਮਿੱਤਰ ਹੈ ਜੀ ਅੱਛਾ ਜੀ ਉਹਨੇ ਹਾਲ ਥੋੜਾ ਜਿਹਾ ਮਾੜਾ ਕੀਤਾ ਹੋਇਆ ਜੀ ਕੀ ਗੱਲ ਹੋ ਗਈ ਉਹ ਪਤੰਦਰ ਦੋ ਤਿੰਨ ਦਿਨ ਤੋਂ ਨਾ ਇੱਕ ਵੀਡੀਓ ਚੱਲਦੀ ਸੀ ਤੁਸੀਂ ਵੀ ਦੇਖੀ ਹੋਣੀ ਉਹ ਇੱਕ ਬਾਬਾ ਜੀ ਆ ਉਹ ਕਹਿੰਦੇ ਬਹੁਤ ਉਵੇਂ ਸੇ ਕਰੋ ਉਹ ਕਿਤੇ ਉਹਨੇ ਵੀਡੀਓ ਦੇਖ ਲਈ ਅੱਛਾ ਜੀ ਹੈਗਾ ਉਹਦਾ ਚੇਲਾ ਜੋਗ ਉਹਦੇ ਹਾਂ ਯੋਗਾ ਤੋਂ ਆਇਆ ਬਾਬਾ ਆਰਾਮਦੇਵ ਮੈਨੂੰ ਜੋਗਾ ਬਾਬਾ 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 ਆਰਾਮਦੇਵ ਤੋਂ ਅੱਛਾ ਜੀ ਉਦੋਂ ਚੇਲਾ ਬਹੁਤ ਆ ਜਿੱਦਾਂ ਉਹ ਆਸਣ ਕਰਦਾ ਉਦਾਂ ਹੀ ਕਰਦਾ ਅੱਛਾ ਜੀ ਉਹ ਜਿੱਦਾਂ ਦੀ ਉਹਨੇ ਵੀਡੀਓ ਦੇਖ ਲਈ ਉਹ ਤਾਂ ਕਹਿੰਦਾ ਇਹ ਕਹਿੰਦਾ ਮੈਂ ਜਿੱਦਾਂ ਬਾਬੇ ਨੇ ਹਾਥੀ ਤੇ ਚੜ੍ਹ ਕੇ ਕੀਤਾ ਨਾ ਅੱਛਾ ਜੀ ਮੈਂ ਵੀ ਕਹਿੰਦਾ ਇਦਾਂ ਹੀ ਕਰਨਾ ਉਹਨੂੰ ਬਧੇਰਾ ਸਮਝਾਇਆ ਪਏ ਉਹ ਜੋਗਾ ਦੇ ਵਿੱਚ ਐਨ ਪੂਰਾ ਉਹਦੇ ਸਰੀਰ ਜਿਹੜਾ ਉਹ ਸਹੀ ਹੋਇਆ ਹੈ ਐਨ ਤੰਦਰੁਸਤ ਹੈ ਉਹ ਉਹਨਾਂ ਦਾ ਕੁਝ ਹੋਇਆ ਨਹੀਂ ਉਤਰ ਕੇ ਦੌੜ ਕੇ ਫੇਰ ਹੱਸਦਾ ਗਿਆ ਉਹ ਜੀ ਤੇਰੇ ਵਰਗਾ ਐਵੇਂ ਮੈਂ ਘਲਤਵਾ ਤੜਾ ਲੂਗਾ ਨਾਲੇ ਉਹਦੀ ਪ੍ਰੈਕਟਿਸ ਆ ਬਹੁਤ ਸਾਲਾਂ ਤੋਂ ਉਹਦੀ ਪ੍ਰੈਕਟਿਸ ਬਹੁਤ ਸਾਲਾਂ ਦੀ ਆ ਤੇ ਤੂੰ ਨਾ ਪੰਗੇ ਲੈ ਕਹਿੰਦਾ ਨਾ ਮੈਂ ਤਾਂ ਉਦਾਂ ਹੀ ਕਰਨਾ ਫੇ ਸੰਦੀਪ ਮੰਨਿਆ ਨਹੀਂ ਸੰਦੀਪ ਹਣੀ ਜੰਗਲ ਤਾਂ ਨਹੀਂ ਚੱਲਗੇ ਹਾਥੀ ਫਾ ਮੈਂ ਕਹਿੰਦਾ ਜੀ ਮੰਨਿਆ ਨਹੀਂ ਉਹ ਕਹਿੰਦਾ ਜੀ ਮੈਂ ਕਰਨਾ ਉਦਾਂ ਹੀ ਆ ਤੇ ਇਹ ਕਹੇ ਵੀ ਹਾਥੀ ਕਿਥੇ ਲਾਈਏ ਹੁਣ ਕਹਿੰਦਾ ਚਲੋ ਇਦਾਂ ਕਰੋ ਘੋੜਾ ਲਾਓ अच्छा दे जी घोड़े ਦਾ घोड़े ਤੇ ਬੈਠ ਕੇ ਦੇਖ ਲੈਣੇ ਕਹਿੰਦਾ ਆਪਾਂ ਉਹ ਤੋਂ ਵੱਖਰਾ ਕਰ ਲੈਨੇ ਕੁਛ ਦਾ ਉਹਦੀ ਵੀਡੀਓ ਵਾਇਰਲ ਹੋਈ ਮੇਰੀ ਵੀ ਹੋ ਜਾਊਗੀ ਜੀ ਮੈਂ ਉਹ ਕਦੀ ਉਹਦੀ ਜਿਹੜੀ ਵੀਡੀਓ ਵਾਇਰਲ ਹੋਈ ਉਹ ਹੱਸਦਾ ਜਾਂਦਾ ਥਲੇ ਉਤਰ ਕੇ ਦੇਖ ਕੇ ਵੀ ਤੇਰੇ ਵਰਗੇ ਨੇ ਮੁੜ ਕੇ ਹਸਪੀਟਲ ਲੱਗਣਾ ਲੱਪਣਾ ਉਹ ਮੰਨਿਆ ਨਹੀਂ ਨਹੀਂ ਕਹਿੰਦਾ ਮੈਂ ਤਾਂ ਜੀ ਬਾਬੇ ਦਾ ਚੇਲਾ ਆ ਇਹਦਾ ਜਿੱਦਾਂ ਬਾਬਾ ਨੇ ਕੀਤਾ ਮੈਂ ਉਦਾਂ ਹੀ ਕਰਨਾ ਅੱਛਾ ਜੀ ਮੰਨਿਆ ਨਹੀਂ ਜੇ ਫੇਰ ਲੈ ਆਂਦਾ ਜੀ ਘੋੜਾ ਬੜਾ ਸ਼ਿੰਗਾਰਿਆ ਸ਼ੁਗਰਿਆ ਜੀ ਜਿੱਦਾਂ ਹਾਥੀ ਨੂੰ ਸ਼ਿੰਗਾਰਿਆ ਸੀ ਉਹਨੇ ਉਦਾਂ ਹੀ ਸ਼ਿੰਗਾਰਿਆ ਉਹਨੂੰ ਐਨ ਕੱਪੜੇ ਮਤਲਬ ਕੀ ਕਹਿੰਦੇ ਆ ਵੀ ਪੂਰਾ ਐਨ ਟੌਰ ਕੱਢੀ ਉਹਦੀ ਫਲਕਾਰੀਆਂ ਪਾਈਆਂ ਫਲਕਾਰੀਆਂ ਭਾ ਕੇ ਟੌਰ ਕੱਢੀ ਉਹਦੀ ਅੱਛਾ ਜੀ ਤੇ ਲਾਪਿਆ ਜੀ ਉੱਪਰ ਚੜ ਕੇ ਘੋੜੇ ਤੇ ਇਹਨੇ ਜਿੱਦਾਂ ਹੀ ਆਇਆ ਕੀਤਾ ਕਹਿੰਦਾ ਐਸੇ ਕਰੋ ਇਹ ਐਸਾ ਆਸਣ ਹੈ ਤੇ ਉਹ ਘੋੜੇ ਨੇ ਵੀ ਦੋ ਲੱਤਾ ਚੱਕ ਲੀਆਂ ਮੁਰੇ ਸੰਦੀਪ ਹੁਣੀ ਪੁਹਾ ਕੇ ਥੱਲੇ ਅੱਛਾ ਜੀ ਮੁੜ ਕੇ ਹਾਈ ਹੋਏ ਕਰਨ ਜੀ ਮੈਂ ਕਿਉਂ ਆ ਗਿਆ ਸਵਾਦ ਉਹ ਕਹਿੰਦਾ ਮੇਰੀ ਹੁਣ ਬਾਹ ਦਾ ਫੜ ਲਾ ਕਹਿੰਦਾ ਮੈਂ ਤਾਂ ਡਿੱਗ ਪਿਆ ਮੇ ਲੱਤਾਂ ਬਾ ਟੁੱਟ ਗਈ ਲੱਦਾ ਚੂੜਾ ਟੁੱਟ ਗਿਆ ਮੈਂ ਨਹੀਂ ਹੋਰ ਉੱਪਰ ਚੜਾ ਡੜਾ ਕੇ ਤੈਨੂੰ ਪਤਾ ਲੱਗੇ ਤੂੰ ਬਾਬੇ ਦਾ ਚੀਲਾ ਬਣਦਾ ਤਾਂ ਬਾਬੇ ਵਾਂਗੂੰ ਹੁਣ ਥੋੜਾ ਸਰੀਰ ਵੀ ਦੇਖਣਾ ਵੀ ਆਪਣਾ ਹੁਣ ਤੂੰ ਸਰੀਰ ਚੱਲਦਾ ਏ ਛੱਟ ਦੇ ਕਿ ਨਹੀਂ ਚੱਲਦਾ ਜੀ ਉਹ ਕਹਿੰਦਾ ਵੇ ਹੁਣ ਤੂੰ ਮੈਨੂੰ ਰੱਬ ਦਾ ਵਾਸਤਾ ਵੀ ਹੁਣ ਮੈਨੂੰ ਕਿਤੇ ਲੈ ਕੇ ਜਾ ਮੈਨੂੰ ਲੱਗਦਾ ਕਿਤੇ ਟੁੱਟ ੜ ਗਈ ਲੱਤ ਜਾਂ ਚੂੜਾ ਟੁੱਟ ਗਿਆ ਚਲੋ ਕਹਿੰਦਾ ਗੱਲ ਤਾਂ ਸਾਰੀ ਠੀਕ ਆ ਪਰ ਵੀਡੀਓ ਬਣਾਉਣ ਵਾਲੇ ਬੰਦੇ ਨੂੰ ਪੁੱਛਿਆ ਵੀ ਯਾਰ ਵੀ ਇਹਨੇ ਦੋ ਲੱਤਾਂ ਕਿਉਂ ਜੱਕਤੀਆਂ ਹਾਂ ਬੰਦੇ ਨੇ ਤਾਂ ਵਹਾਂ ਚ ਕਿਆਂ ਸੀ ਉੱਪਰ ਬੈਠੇ ਨੇ ਤੇ ਉਹਨੇ ਬਾਬੇ ਰਾਮ ਦੇ ਉਹਨੇ ਅੱਖਾਂ ਮੀਟੀਆਂ ਸੀ ਜੀ ਹਾਥੀ ਤੇ ਬੈਠੇ ਨੇ ਉਹਨੇ ਵੀ ਹਾਥੀ ਨੂੰ ਕੁਝ ਨਹੀਂ ਕਿਹਾ ਸੀ ਤਾਂ ਵੀ ਹਾਥੀ ਹਿਲ ਗਿਆ ਇਹਨੇ ਵੀ ਕੁਝ ਨਹੀਂ ਕਿਹਾ ਇਹਨੇ ਵਹਾਂ ਜੱਕੀਆਂ ਤੇ ਉਹਨੇ ਮਿਲਤਾ ਚੱਕਣੀਆਂ ਮੋਰੀਓ ਜੀ ਉਹ ਬਾਅਦ ਜੇ ਪਤਾ ਲੱਗਾ ਵੀ ਉਹ ਘੋੜਾ ਆਰਾਮਦੇਵ ਦੇ ਆਸ਼ਰਮੋਂ ਤੋਂ ਲਿਆਂਦਾ ਆ ਸੀ ਅੱਛਾ ਉਹ ਉਹਨਾਂ ਉਹਨਾਂ ਦਾ ਚੀਲਾ ਲੱਗਦਾ ਸੀਗਾ ਵੀ ਜਿੱਦਾਂ ਉਹ ਕਹਿੰਦੇ ਸੀ ਐਸੇ ਉਠਾਓ ਉਹਨੇ ਵਿਚਾਰੇ ਨੇ ਚੱਕਣੀਆਂ ਤਾਂ ਹੁਣ ਉਹਦਾ ਕਸੂਰ ਵੀ ਹੈ ਨਹੀਂ ਜੀ ਅਗਲਾ ਵੀ ਤਾਂ ਟ੍ਰੇਨ ਸੀ ਆਸਣ ਕਰਦਾ ਹੋਣਾ ਨਾ ਉਹ ਵੀ ਉਹ ਟ੍ਰੇਨਡ ਕੋੜੇ ਬੰਦਾ ਸੀਗਾ ਔਰ ਇਹਦੇ ਦਾ ਵਿਚਾਰਾ ਪੈ ਗਿਆ ਨਾ ਮੰਜੇ ਤੇ ਮੈਂ ਕਿਹਾ ਹੋਰ ਲੈ ਸਵਾਦ ਹੁਣ ਜੇ ਉਹ ਆ ਇਸ ਕਰਕੇ ਪਤੰਦਰ ਨੇ ਤਿੰਨ ਚਾਰ ਦਿਨ ਹੋ ਗਏ ਆ ਉਹ ਬੜਾ ਹਲ ਮਾੜਾ ਕੀਤਾ ਜੀ ਰੋਜ਼ ਉਹਦੇ ਕੋਲ ਜਾਣਾ ਪੈਂਦਾ ਜੀ ਦੇਖਣਾ ਤਾਂ ਪੈਣਾ ਹੀ ਜੀ ਬਿਲਕੁਲ ਜਾਣਾ ਪੈਂਦਾ ਹੁਣ ਦੋਸਤ ਮਿੱਤਰ ਕੇ ਇਸ ਕੰਮ ਨਹੀਂ ਹੁੰਦੇ ਤੇ ਨੇ ਹੁਣ ਯੋਗਾ ਕਰਨ ਹੁਣ ਕਿਹਾ ਵੀ ਠੀਕ ਹੋ ਲਾ ਫਿਰ ਆਪਾਂ ਊਠ ਤੇ ਬਹਿ ਕੇ ਕਰਾਂਗੇ ਅਗਲਾ ਪੜਾ ਜਿਹੜਾ ਊਠ ਆ ਲਾਓ ਸ਼ੇਰ ਸਿੰਘ ਸਾਹਿਬ ਦੇਖ ਲਓ ਸਮਾਜ ਚ ਕਈ ਕੁਝ ਹੋ ਜਾਂਦਾ ਕਈ ਵਾਰੀ ਤੇ ਸਾਨੂੰ ਬਹੁਤਾ ਇਹਨਾਂ ਦਾ ਪਿੱਛੇ ਨਹੀਂ ਲੱਗਣਾ ਚਾਹੀਦਾ ਦੇਖਣ ਤੋਂ ਬਾਅਦ ਠੀਕ ਆ ਤੁਸੀਂ ਉਹਦੇ ਜੋਗਾ ਦੇ ਮਗਰ ਕਰਦੇ ਆ ਆਪਣੇ ਸਰੀਰ ਦੀ ਤੰਦਰੁਸਤੀ ਲਈ ਯੋਗਾ ਅਸਨ ਕਰਦੇ ਆ ਪਰ ਇੰਨਾ ਵੀ ਨਹੀਂ ਵੀ ਜਿਸ ਤਰੀਕੇ ਨਾਲ ਉਹ ਖੂਹ ਚ ਛਾਲ ਮਾਰਨ ਲੱਗਾ ਤੇ ਆਪਾਂ ਵੀ ਮਾਰਨੀ ਆ ਤੇ ਬਾਬੇ ਨੂੰ ਕਿਸੁੱਝਾ ਉਹ ਹਾਥੀ ਤੇ ਚੜ ਕੇ ਯੋਗਾ ਕਿਉਂ ਕਰਦਾ ਨਹੀਂ ਦੇਖੋ ਤਾਂ ਸਹੀ ਹੁਣ ਪਹਿਲਾਂ ਜ਼ਮੀਨ ਤੇ ਟਿਕਦਾ ਸੀਗਾ ਫਿਰ ਹੌਲੀ ਹੌਲੀ ਥੋੜਾ ਜਿਹਾ ਸੋਫੇ ਸਾਫੇ ਤੇ ਆ ਗਿਆ ਹੁਣ ਕੱਲ ਨੂੰ ਇਹ ਨਾ ਕਹੇ ਬਾਬਾ ਮੈਂ ਤਾਂ ਜਹਾਜ਼ ਦੇ ਉੱਪਰ ਬੈਠ ਕੇ ਕਰੂੰਗਾ ਜਿੰ ਬੇਚਾਰੇ ਜਹਾੜੇ ਜੜੇ ਜਾਂਦੇ ਹੋ ਕਹਿੰਦੇ ਯਾਰ ਬਾਬਾ ਉੱਪਰ ਬਹਿ ਕੇ ਆਸਣ ਕਰਨ ੜਿਆ ਤੇ ਜਹਾਜ਼ ਆਂ ੜਿਆ ਵੀ ਇਹ ਕੀ ਚੱਕਰਿਆ ਤੇ ਕੱਲ ਆਉਣ ਵਾਲੇ ਦਿਨਾਂ 'ਚ ਇਦਾਂ ਨਾ ਹੋਵੇ ਤੇ ਹੁਣ ਤਾਂ ਮੈਂ ਹਾਥੀ ਤੋਂ ਡਿੱਗ ਕੇ ਵੀ ਬਚ ਗਿਆ ਨਾਲ ਐਡਾ ਵੱਡਾ ਜਾਨਵਰ ਜੀ ਐਡੀ ਉਚਾਈ ਉਤੇ ਉਥੋਂ ਡਿੱਗ ਕੇ ਉਹ ਬਚ ਗਿਆ ਤੇ ਕੱਲ ਨੂੰ ਜਹਾਜ਼ ਤੋਂ ਉੱਪਰ ਚੜ ਕੇ ਬਹਿ ਗਿਆ ਕਰੂਗਾ ਉਥੋਂ ਵੀ ਉਤਰ ਜਾਊਗਾ ਪੈਰਾਸ਼ੂਟ ਲਾ ਕੇ ਹੋਰ ਕੀ ਇਹ ਕਹਿੰਦਾ ਮੈਂ ਬਚ ਗਿਆ ਫਿਰ ਮੈਂ ਬਚ ਗਿਆ ਮਤਲਬ ਨਵੇਂ ਦੇ ਨਵੇਂ ਕੰਮ ਜੋ ਉਹ ਕਰਦਾ ਤੇ ਇਦਾਂ ਦੇ ਚੇਲੇ ਜੜੇ ਉਹਨਾਂ ਦੇ ਉਹ ਮਗਰ ਲਾ ਕੇ ਆਪ ਦੀਆਂ ਲੱਤਾਂ ਮਾਤਣਾ ਕੇ ਬਹਿ ਜਾਂਦੇ ਆ ਉਹਨੂੰ ਭਾਈ ਇਹ ਆਪੀ ਲਿਆ ਤੇ ਜ਼ਮੀਨ ਤੇ ਜਿੱਥੇ ਬੈਠਾ ਨਾ ਉਥੇ ਆਸਣ ਕਰਿਆ ਕਰ ਨਾ ਲੋਕਾਂ ਨੂੰ ਭੜਕਾਇਆ ਇਸ ਕੰਮ ਨੂੰ ਇੰਨਾ ਨਵਾਂ ਨਾ ਕਰ ਸਾਰੇ ਬੰਦੇ ਪੰਗੇ ਲੈ ਇੰਨਾ ਆਸਣ ਯੋਗਾ ਦਾ ਆਸਣ ਇੰਨਾ ਨਾ ਕਰ ਮੇ ਜਿਹੜੇ ਉਹ ਤੰਦਰੁਸਤ ਹੋਣ ਦੇ ਬਾਰੇ ਮਸਲ ਟਾਈਟ ਕਰਨ ਦੇ ਮਾਰੇ ਆਪਣੇ ਆਪ ਤੜਾ ਕੇ ਬਹਿ ਜਾਣ ਤੇ ਜਿਹੜੇ ਜੋੜ ਨਹੀਂ ਨਾ ਉਹ ਤੇਰੇ ਵਾਲਾ ਤਾਂ ਢਿੱਡ ਵੀ ਪੂਰਾ ਘੁੰਮਦਾ ਲੱਤਾਂ ਬਾਹਾਂ ਹੀ ਪਤਾ ਨਹੀਂ ਕਿੱਥੋਂ ਘੁਮਾ ਘੁਮੋ ਕੇ ਲੈ ਆਉਂਦਾ ਵਿੱਚੋਂ ਨਹੀਂ ਉਹਦੀ ਸਰੀਰ ਦੀ ਫਲੈਕਸੀਬਿਲਟੀ ਕਮਾਦੀ ਹੋਵੇ ਤੇ ਤਾਂ ਹੀ ਉਹ ਤਾਂ ਫਿਰ ਹਥਾਤੇ ਡਿੱਗੇ ਬਚਿਆ ਨਾ ਤੇ ਜੇ ਹਿਸਾਬ ਨਾਲ ਉਹ ਟੁੱ ਡਿਗਾ ਸੀ ਉਹ ਤਾਂ ਪਤਾ ਵੀ ਨਹੀਂ ਅੱਖਾਂ ਮੀਟੀਆਂ ਸੀ ਉਹਨੇ ਹਾਂ ਸਰਚ ਕੀਤਾ ਸੀ ਜੀ ਤੇ ਢਿੱਗਾ ਥੱਲੇ ਨਾਲੇ ਫਟਾਫਟ ਚਲੇ ਗਿਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਜੀ ਉਹਨਾਂ ਹਰੇਕ ਨਾਲ ਨਹੀਂ ਨਾ ਐਦਾ ਹੁੰਦੀ ਤੇ ਹਾਥੀ ਵੀ ਕੀ ਪਤਾ ਉਹਦਾ ਟ੍ਰੇਨ ਸੀ ਇਹਦਾ ਘੋੜਾ ਇਹਦਾ ਟ੍ਰੇਨ ਵਾਲਾ ਆ ਗਿਆ ਤਾਂ ਚੱਕ ਦੀਆਂ ਲੱਤਾਂ ਤਾਂ ਬਸ ਗਿਆ ਬੰਦਾ ਸ਼ੇਰ ਜੀ ਸਾਹਿਬ ਆਉਣ ਦੇ ਹੁਣ ਜੀ ਵਿਚਾਰ ਕਰ ਜਾ ਵੱਲੋਂ ਸੋਹਣੀ ਗੱਲ ਸੁਣਾਈ ਤੁਸੀਂ ਸਵੇਰੇ ਸਵੇਰੇ ਪਰ ਗੱਲ ਇਹ ਆ ਵੀ ਯੋਗਾ ਤਾਂ ਕਰੋ ਪਰ ਕਰੋ ਜਮੀਨ ਤੇ ਬਹਿ ਕੇ ਕਰਨਾ ਚਾਹੀਦਾ ਜ਼ਰੂਰੀ ਆ ਤੰਦਰੁਸਤੀ ਲਈ ਆਪਣੇ ਸਿਹਤ ਲਈ ਕਿਉਂਕਿ ਇਹ ਹਰੇਕ ਬਿਮਾਰੀ ਦੀ ਇਹ ਤੋੜਿਆ ਯੋਗਾ ਕਰਨਾ ਤੇ ਸਿਹਤ ਲਈ ਬਹੁਤ ਜ਼ਰੂਰੀ ਆ ਪਰ ਇਸ ਤਰੀਕੇ ਨਾਲ ਨਹੀਂ ਪਏ ਆਪਾਂ ਜਮੀਨ ਤੋਂ ਤਾਂ ਹਾਂ ਚੱਲ ਜਾਈਏ ਤੇ ਉੱਥੇ ਜਾ ਕੇ ਹੋਵੇ ਮੁੜ ਕੇ ਉਹ ਹਾਲ ਹੋਵੇ ਜੋ ਹੁਣ ਹੋਇਆ ਪਿਆ ਆਪਣੇ ਸੰਦੀਪ ਜੀ ਦਾ ਸੰਦੀਪ ਜੀ ਦਾ ਬਿਲਕੁਲ ਚਲੋ ਪਰਮਾਤਮਾ ਕਰੇ ਛੇਤੀ ਠੀਕ ਹੋ ਜਲਦੀ ਡਿਊਗਾ ਜਮੇ ਪਰ ਉਹ ਗਾਹਾਂ ਨੂੰ ਆਪਸ਼ਨ ਦਿੱਤੀ ਹੋਈ ਆ ਉਂਠਾੜੀ ਬੈਸ ਉਂਠਾੜੀ ਠੀਕ ਜੀ ਜੀ ਤੇ ਅਸੀਂ ਹੁਣ ਆਪ ਕਰੀਏ ਇਹ ਗੱਲ ਵਿਚਾਰ ਚਰਚਾ ਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ ਇੱਕ ਸੰਘਰਸ਼ ਦੇ ਵਿੱਚ ਸਾਰਾ ਸਟੇਟ ਸਾਰਾ ਸਾਡਾ ਪ੍ਰਾਂਤ ਸਮਸਤ ਲੋਕ ਚਾਹੇ ਉਹ ਕਿਸੇ ਵੀ ਕਿਤੇ ਨਾਲ ਜੁੜੇ ਹੋਏ ਨੇ ਸ਼ੁਰੂ ਤਾਂ ਕਿਸਾਨਾਂ ਤੋਂ ਗੱਲ ਹੋਈ ਸੀ ਪਰ ਸਾਰਿਆਂ ਨੂੰ ਇਹ ਗੱਲ ਸਮਝ ਆਈ ਹੈ ਹੁਣ ਕਿ ਕਿਸਾਨ ਹੈ ਨਾ ਅਸੀਂ ਸਾਰੇ ਹਾਂ ਬਿਲਕੁਲ ਜੀ ਤੇ ਉਹ ਜਿਹੜਾ ਸੰਘਰਸ਼ ਆ ਉਹ ਦਿੱਲੀ ਗਏ ਸੀ ਉਹ ਵਾਪਸ ਆ ਗਏ ਉਹ ਗੱਲ ਬਣੀ ਨਹੀਂ ਤੇ ਹੁਣ 19 ਤਰੀਕ ਨੂੰ ਰਾਜਾ ਜੀ ਨੇ ਵੀ ਬਣਾ ਲਿਆ ਜੀ ਵਿਧਾਨ ਸਭਾ ਦਾ ਸੈਸ਼ਨ ਬਿਲਕੁਲ ਜੀ ਤੇ ਕਿੱਥੇ ਤੱਕ ਪਹੁੰਚੀ ਹੁਣ ਗੱਲ ਮਰਦੀ ਕੀ ਨਾ ਕਰਦੀ ਜੀ ਉਹ ਗੱਲ ਆ ਵੀ ਹੁਣ ਉਹ ਗੜਜ ਗੁੱਠਾ ਦਿੱਤਾ ਹੋਇਆ ਦਬਾ ਪਿਆ ਹੋਇਆ ਸਾਰਾ ਕੁਝ ਬੰਦ ਕੀਤਾ ਹੋਇਆ ਕੋਲਾ ਕੀ ਖਾਦ ਕੀ ਜੋ ਵੀ ਯੂਰੀਆ ਕੀ ਜੋ ਵੀ ਆਉਂਦਾ ਦੇਸ਼ ਨੂੰ ਪੈਟਰੋਲੀਅਮ ਪਦਾਰਥ ਜਿਹੜੇ ਆਉਂਦੇ ਆ ਉਹ ਤਕਰੀਬਨ ਤਕਰੀਬਨ ਰੁਕੇ ਪਿਆ ਰਸਤੇ ਦੇ ਵਿੱਚ ਤੇ ਉਹਦੇ ਲਈ ਫਿਰ ਹੁਣ ਕਿਸਾਨਾਂ ਨੂੰ ਅਪੀਲਾਂ ਵੀ ਬਥੇਰੇ ਕਰਦੇ ਸਰਕਾਰ ਪਰ ਉਹਨੇ ਹੁਣ ਆਪਣੇ ਤੌਰ ਤੇ ਠੀਕ ਆ ਕਿਸਾਨ ਦੇ ਕਹੇ ਤੇ ਉਨੀ ਦਿਨ ਇੱਕ ਨੂੰ ਵਿਧਾਨ ਸਭਾ ਅਗਲਾਸ ਬੁਲਾ ਲਿਆ ਆ ਫਿਰ ਉਦੋਂ ਦੇਖੋ ਬਿੱਲ ਲਿਆ ਕੇ ਤੇ ਇਹਨਾਂ ਨੂੰ ਰੱਦ ਕਰੂਗਾ ਪਰ ਉਹਦਾ ਹਲ ਕੀ ਹੋਣਾ ਆ ਇਹਨਾਂ ਦੇ ਰੱਦ ਕੀਤੇ ਆ ਕੀ ਉਹ ਰੱਦ ਹੋ ਜਾਊਗਾ ਕਾਨੂੰਨ ਇਹ ਤਾਂ ਇੱਕ ਕਾਨੂੰਨੀ ਪਹਿਲੂ ਆ ਜੀ ਤੇ ਉਹ ਵਿਚਾਰ ਕਰਨ ਵਾਲੇ ਜਿਹੜੇ ਕਾਨੂੰਨ ਦੇ ਜਿਹੜੇ ਕਾਨੂੰਨਦਾਨ ਆ ਉਹ ਹੀ ਦੇਖ ਸਕਦੇ ਆ ਕਿ ਸੈਂਟਰ ਦੇ ਸੰਸਦ ਦੇ ਵਿੱਚ ਪਾਸ ਕੀਤਾ ਹੋਇਆ ਕਾਨੂੰਨ ਜਿਹੜਾ ਉਹ ਇੱਕ ਸਟੇਟ ਦੀ ਵਿਧਾਨ ਸਭਾ ਰੱਦ ਕਰੇ ਤਾਂ ਉਹਦਾ ਅਮਲ ਰੁਕ ਜਾਂਦਾ ਕਿ ਨਹੀਂ ਰੁਕ ਜਾਂਦਾ ਇਦਾਂ ਪਹਿਲਾਂ ਵੀ ਹੋ ਸਕਦਾ ਹੋ ਕਿਤੇ ਹੋਇਆ ਆਉਣ ਵਾਲੇ ਦਿਨਾਂ ਚ ਵੀ ਇਹਦੇ ਤੇ ਕਾਨੂੰਨ ਬਾਰੇ ਦੱਸਣਗੇ ਆਪਣੇ ਦੌਰਤ ਇਹ ਇਹ ਸ਼ੋਅ ਕਰਨਗੇ ਪੰਜਾਬ ਵਿਧਾਨ ਸਭਾ ਵਾਲੇ ਵੀ ਅਸੀਂ ਉਸ ਕਾਨੂੰਨ ਨੂੰ ਰੱਦ ਕਰ ਦਿੱਤਾ ਆ ਪੰਜਾਬ ਚ ਇਹ ਲਾਗੂ ਨਹੀਂ ਹੋਵੇਗਾ ਹੁਣ ਕਿਸਾਨਾਂ ਦੀ ਉਦਨ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਇਹ ਦੱਸਿਆ ਵੀ ਸੈਕਟਰੀ ਸਾਨੂੰ ਸਮਝਾਉਣ ਲੱਗਾ ਜੀ ਜੋ ਵੀਡੀਓ ਬਾਹਰ ਆਈਆਂ ਨਾ ਇਹਨਾਂ ਨੇ ਆਪੇ ਬਣਾਈਆਂ ਸੀ ਵੀ ਜਿਹੜਾ ਸਕੱਤਰ ਸੀ ਸੰਜੇ ਅਗਰਵਾਲ ਉਹ ਸਾਨੂੰ ਸਮਝਾਉਣ ਲੱਗਾ ਦੇਖੀਏ ਇਹ ਕਾਨੂੰਨ ਕੇ ਜੋ ਅੱਛੇ ਫਾਇਦੇ ਹੈ ਆਪਕੇ ਬਿਹਤਰੀ ਕੇ ਲਈ ਸਰਕਾਰ ਨੇ ਬਣਾਏ ਹੈ ਤੇ ਉਹਦੇ ਵਿੱਚ ਹੁਣ ਬੰਦੇ ਜਿਹੜੇ ਗਏ ਸੀ 7-8 ਉਹ ਪੜੇ ਲਿਖੇ ਬਹੁਤ ਸੀ। ਉਹ ਕਹਿੰਦੇ ਪਈ ਸਾਨੂੰ ਕੱਲਾ ਕਿਸਾਨ ਨਾ ਸਮਝੀ। ਆ ਬੰਦਾ ਐਵੇਂ ਬੜਿਆ ਆ। ਆਸ ਬੰਦੇ ਨੇ ਫਿਲਾਸਫੀ ਦੀ ਕੀਤੀ ਹੋਈ ਆ। ਆ ਬੰਦਾ ਗ੍ਰੈਜੂਏਟ ਆ। ਪਈ ਸਾਨੂੰ ਸਾਰਾ ਪਤਾ ਆ। ਤੇ ਤੂੰ ਇਹ ਦੱਸ ਪੇ ਇਸ ਜਿਹੜੇ ਤੁਸੀਂ ਕਾਨੂੰਨ ਪਾਸ ਕੀਤਾ ਆ ਇਹ ਕਿਸੇ ਹੋਰ ਦੇਸ਼ ਵਿੱਚ ਕਾਮਯਾਬ ਹੋਇਆ। ਉੱਥੇ ਨਹੀਂ ਉਹ ਤਾਂ ਜਵਾਬ ਆਇਆ। ਪੇ ਸਾਨੂੰ ਇਹਦਾ ਦੱਸੋ ਕਿ ਕਿਸੇ ਹੋਰ ਦੇਸ਼ 'ਚ ਕਾਮਯਾਬ ਹੋਇਆ ਹੋਵੇ ਫਿਰ ਅਸੀਂ ਮੰਨਦੇ ਹਾਂ ਤੇਰੀ ਗੱਲ ਨੂੰ ਬਾਕੀ ਅਸੀਂ ਪੜ੍ਹ ਕੇ ਸਾਰਾ ਕੁਝ ਹੀ ਆਏ ਹਾਂ ਤੋ ਇਹ ਜਨਤਾ ਛੱਡ ਹੁਣ ਇਹ ਦੱਸ ਕਿ ਕਾਨੂੰਨ ਵਾਪਸ ਕਿੱਦਾਂ ਲੈਣਾ ਉਹ ਦੱਸ ਜੀ ਉੱਥੇ ਗੱਲ ਲੜ ਗਈ ਸੀ ਇਹਨਾਂ ਦੀ ਫਿਰ ਕਿਉਂਕਿ ਉਹ ਨਾ ਤਾਂ ਉਸ ਕੰਪੀਟੈਂਟ ਅਥਾਰਟੀ ਸੀਗਾ ਵਾਪਸ ਲੈਣ ਦੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਆ ਕੇ ਮੀਟਿੰਗ ਕੀਤੀ ਸੀ 15 ਤਰੀਕ ਨੂੰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਇਸ ਸੰਘਰਸ਼ ਜਿਹੜਾ ਦਿੱਲੀ ਵੱਲ ਨੂੰ ਤੋੜਨਾ ਆ ਦਿੱਲੀ ਨੂੰ ਕੁਝ ਕਰਨਾ ਆ ਹਾਲਾਂਕਿ ਉਹਦੇ ਲਈ ਮਹੀਨੇ ਦਾ ਟਾਈਮ ਦਿੱਤਾ ਉਹਨਾਂ ਨਵੰਬਰ ਦੇ ਐਂਟ 'ਚ ਜਾ ਕੇ ਕਰਨਾ ਹੈ ਪਰ ਫਿਲਹਾਲ ਉਹਨਾਂ ਅੱਜ ਤੇ ਦੋ ਦਿਨ ਦਨ ਉਹਨਾਂ ਨੇ ਮੋਦੀ ਹੁਣਾ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣੇ ਆ ਫਿਰ ਉਹਨਾਂ ਨੇ ਭਾਜਪਾ ਆਗੂਆਂ ਦੇ ਜਿੱਦਾ ਸ਼ਕੰਜਾ ਪਹਿਲਾਂ ਕੱਸਿਆ ਹੋਇਆ ਉਹਨੂੰ ਹੋਰ ਚੂੜੀ ਹੋ ਟਾਈਟ ਕਰਨ ਵਾਲੇ ਆ ਅੱਛਾ ਜੀ ਕਹਿਣ ਤੋਂ ਭਾਵ ਹੈ ਪੇ ਅੱਗੇ ਤਾਂ ਜਿੱਥੇ ਕਿਤੇ ਮੀਟਿੰਗ ਕਰਦੇ ਸੀਗੇ ਜਾਂ ਕਿੱਥੇ ਕੋਈ ਕਾਨਫਰੰਸ ਕਰਦੇ ਸੀ ਉੱਥੇ ਜਾ ਕੇ ਬਾਤ ਘਰਾਓ ਕਰਦੇ ਸੀ ਨਾਰੇਬਾਜ਼ੀ ਕਰਦੇ ਸੀ ਹੁਣ ਜਿੱਥੋਂ ਤੱਕ ਉਹਨਾਂ ਦੀ ਰਣਨੀਤੀ ਲੱਗਦੀ ਆ ਪੇ ਇਹਨਾਂ ਨੂੰ ਘਰਾਂ ਦੇ ਵਿੱਚ ਹੀ ਡੱਕ ਦੇਣਾ ਉਹ ਤੋਂ ਨਿਕਲ ਨਹੀਂ ਦੇਣਾ ਕਹਿਣ ਤੋਂ ਭਾਵ ਹੈ ਪਾਜਪਾ ਆਗੂਆਂ ਖਿਲਾਫ ਕਿਸਾਨਾਂ ਦੀ ਚੋਰੀ ਹੋਰ ਆਉਣ ਦੇ ਦੇਣਾ ਚ ਕੱਸੀ ਜਾਓਗੀ ਬਿਲਕੁਲ ਜੀ ਜੀ ਤੇ ਇਹ ਜਿਹੜਾ ਆਉਣ ਵਾਲੇ ਦਿਨਾਂ ਚ ਦੋ ਤਿੰਨ ਦਿਨ ਲੱਗਣਗੇ ਹੱਲੇ ਜਿਹੜਾ ਵਿਧਾਨ ਸਭਾ ਸੈਸ਼ਨ ਆ ਤੇ ਉਹਦੇ ਮੇਨ ਟਾਈਮ ਉਹ ਆਪਣੀ ਤਿਆਰੀ ਕਰਦੇ ਰਹਿਣਗੇ ਹੁਣ ਇਹਦੇ ਵਿੱਚ ਵੀ ਹੁਣ ਕਈ ਪਾਰਟੀਆਂ ਨੇ ਸਪੀਕਰ ਨੂੰ ਆਪਣੇ ਮਤੇ ਦੇਤੇ ਆ ਪਿਆ ਜਿਹੜਾ ਖੁੱਲੀ ਮੰਡੀ ਐਲਾਨਣ ਵਾਲਾ ਮਤਾ ਆ ਸਾਡਾ ਇਹਨੂੰ ਪੇਸ਼ ਕੀਤਾ ਜਾਵੇ ਤਾਂ ਕਿ ਪੰਜਾਬ ਨੂੰ ਖੁੱਲੀ ਮੰਡੀ ਐਲਾਨਣੀਆਂ ਹੁਣ ਇਹਦੇ ਵਿੱਚ ਕਾਨੂੰਨੀ ਨੁਕਤੇ ਆ ਜੀ ਕਈ ਤਰ੍ਹਾਂ ਦੇ ਇਹ ਤਾਂ ਜਿਹੜੇ ਇਹਨਾਂ ਦੇ ਅਟਾਰਨੀ ਜਨਰਲ ਆ ਜਾਂ ਸਰਕਾਰ ਨੇ ਵੀ ਕਈਆਂ ਤੋਂ رائے ਲਈ ਹੋਣੀ ਆ ਆਪਣੀ ਕਾਨੂੰਨ ਦੇ ਪੱਖੋਂ ਵਕੀਲਾਂ ਤੋਂ ਲਿਆ ਹੋਣਾ ਪਏ ਇਹਦਾ ਕੀ ਹੋ ਸਕਦਾ ਜੀ ਕਿਉਂਕਿ ਜਿਹੜੇ ਸੈਂਟਰ ਹਾਈ ਕਮਾਂਡ ਇਹਨਾਂ ਦੀ ਕਾਂਗਰਸ ਦੀ ਆ ਸੋਨੀਆ ਗਾਂਧੀ ਨੇ ਵੀ ਆਪੋ ਆਪਣੇ ਜਿੱਥੇ ਸੂਬਿਆਂ 'ਚ ਸਰਕਾਰਾਂ ਆ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹਨੂੰ ਅਸਫਲ ਕਰਨ ਲਈ ਜੋ ਵਿਧਾਨ ਸਭਾ ਦੇ ਵਿੱਚ ਹੁੰਦਾ ਬਣਦਾ ਆ ਉਹ ਕਰੋ ਜੀ ਤੇ ਉਹਦੇ ਹਿਸਾਬ ਨਾਲ ਇਹ ਕਰਕੇ ਦੇਖਣ ਕਿ ਕੀ ਬਣਦਾ ਪਰ ਹਾਲ ਦੀ ਘੜੀ ਉਹਨਾਂ ਦਾ ਜਿਹੜਾ ਰੇਲ ਲੋਕੋ ਅੰਦੋਲਨ ਜਾਰੀ ਆ ਇਹਨੂੰ ਲੈ ਕੇ ਘੱਟੋ ਘੱਟ 200 ਮਾਲ ਗੱਡੀਆਂ ਜੜੀਆਂ ਪੰਜਾਬ ਆਉਣ ਵਾਲੀਆਂ ਦੇ ਪੰਜਾਬ ਤੋਂ ਜਿਹੜਾ ਸਮਾਨ ਬਾਹਰ ਜਾਂਦਾ ਜਿਵੇਂ ਉਹਨਾਂ ਦੇਖੀਦਾ ਅਸੀਂ ਰੋਡ ਦੇ ਉੱਤੇ ਝੋਨੇ ਝੋਨਾ ਦਾ ਸੀਜ਼ਨ ਪੂਰਾ ਹੈਗਾ ਤੇ ਟਰੱਕ ਜੜੇ ਆ ਬਹੁਤ ਲੰਮੀ ਲਾਈਨ ਲੱਗੀ ਹੁੰਦੀ ਜਾਣ ਵਾਲੇ ਚ ਜੀ ਨਹੀਂ ਤਾਂ ਕਈ ਵਾਰੀ ਮਾਲ ਗੱਡੀਆਂ 'ਚ ਜ਼ਿਆਦਾ ਚੱਲ ਜਾਂਦਾ ਸਮਾਨ ਤਾਂ ਟਰੱਕਾਂ ਵਾਲਿਆਂ ਦਾ ਘਟ ਹੁੰਦਾ ਪਰ ਇਸ ਵੇਲੇ ਸਾਰਾ ਸਮਾਨ ਟਰੱਕਾਂ ਤੇ ਜਾ ਰਿਹਾ ਔਰ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਤੇ ਆਉਣ ਵਾਲੇ ਕਣਕ ਦੇ ਸੀਜ਼ਨ ਦੇ ਲਈ ਜੂਰੀਆ ਔਰ ਡਾਇਆ ਖਾਦ ਜਿਹੜੀ ਪੈਂਦੀ ਆ ਉਹ ਵੀ ਇਹਨਾਂ ਨੇ ਸੜਕ ਰਸਤੇ ਮੰਗਾਉਣ ਦੀ ਤਿਆਰੀ ਕਰ ਲਈ ਆ ਪੰਜਾਬ ਸਰਕਾਰ ਨੇ ਜੋ ਕਿ ਇਹਨਾਂ ਨੂੰ ਲੱਗਦਾ ਨਹੀਂ ਪੇ ਆਉਂਦੇ ਦਿਨਾਂ ਦੇ ਵਿੱਚ ਕਿਸਾਨ ਮਾਲ ਗੱਡੀਆਂ ਨੂੰ ਸ਼ੋਰਟ ਦੇਣਗੇ ਅਪੀਲਾਂ ਤਾਂ ਬਹੁਤ ਕਰ ਰਹੇ ਆ ਉਹਦੋਂ ਵੀ ਤਿੰਨ ਚਾਰ ਮੰਤਰੀ ਇਹਨਾਂ ਦੇ ਜਿਹੜੇ ਰਿਪਿਊਟ ਕੀਤੇ ਆ ਪੰਜਾਬ ਸਰਕਾਰ ਨੇ ਉਹ ਮਿਲ ਕੇ ਵੀ ਆਏ ਆ ਪਰ ਉਹ ਆਪਣੇ ਜਿਹੜੇ ਅੰਦੋਲਨ ਤੋਂ ਟੱਸ ਤੋਂ ਮੱਸ ਪਿੱਛੇ ਨਹੀਂ ਹਟ ਰਹਾ ਮੈਂ ਕਹਾਂ ਬਈ ਕੋਈ ਇਹ ਸਾਨੂੰ ਖਰਾਬ ਕਰਨ ਦੇ ਮਾਰੇ ਕਰ ਰਹੇ ਆ ਪੰਜਾਬ 'ਚ ਕੋਲਾ ਵੀ ਹੈਗਾ ਆ ਬਿਜਲੀ ਵੀ ਇਹਨਾਂ ਕੋਲ ਖਰੀਦੀ ਜਾ ਸਕਦੀ ਆ ਸੈਂਟਰਲ ਗ੍ਰਿਡ ਤੋਂ ਵੀ ਲਈ ਜਾ ਸਕਦੀ ਆ ਇਹ ਸਾਨੂੰ ਜਾਣ ਕੇ ਇਹ ਕਰ ਰਹੇ ਆ ਪੇ ਕਿਸੇ ਤਰੀਕੇ ਨਾਲ ਔਰ ਇਹਨਾਂ ਦਾ ਇਹ ਵੀ ਦੋਸ਼ ਈਗਾ ਕਿ ਕੇਂਦਰ ਸਰਕਾਰ ਇਹਨਾਂ ਤੇ ਜ਼ੋਰ ਪਾ ਰਹੀ ਆ ਜੀ ਬਈ ਤੁਹਾਡੇ ਜਿਹੜਾ ਮਾਲ ਇਧਰੋਂ ਜਿਹੜਾ ਸਮਾਨ ਢੋਵਾ ਟਵਾਈ ਵਾਲਾ ਉਹ ਬੰਦ ਪਿਆ ਅਸੀਂ ਤਾਂ ਹੀ ਭੇਜਣਾ ਪਹਿਲਾਂ ਲੈਣਾ ਕਲੀਅਰ ਕਰੋ ਜੀ ਸੋ ਇਹ ਹਜੇ ਆਉਂਦੇ ਦਿਨਾਂ 'ਚ ਹੋਰ ਭਖਣ ਦੀ ਮਗਨ ਦੀ ਪੂਰੀ ਸੰਭਾਵਨਾ ਹੈ ਅਸੀਂ ਇਹਨੂੰ ਇਦਾਂ ਵੀ ਕਹਿ ਸਕਦੇ ਹਾਂ ਕਿ ਕਿਸਾਨ ਹੁਣ ਇਸ ਸੰਘਰਸ਼ ਨੂੰ ਕਿਸੇ ਇੱਕ ਪਾਸੇ ਲਾ ਕੇ ਛੱਡਣਗੇ ਇਦਾਂ ਉਹ ਕਿਦਾਂ ਛੱਡ ਦੇਣਗੇ ਬਿਲਕੁਲ ਜੀ ਲਾਉਣਾ ਪੈਣਾ ਕਿਉਂਕਿ ਪੂਰੇ ਦੇਸ਼ ਦੀਆਂ ਨਗਾਵਾਂ ਇਹਨਾਂ ਦੇ ਉੱਤੇ ਟਿਕੀਆਂ ਹੋਈਆਂ ਜੇ ਦੇਸ਼ ਦੀਆਂ ਨਗਾਵਾਂ ਦੀ ਵੀ ਗੱਲ ਕਰੀਓ ਵੀ ਗੱਲ ਠੀਕ ਹੈ ਪਰ ਉਹਨਾਂ ਦਾ ਆਪਣਾ ਮਸਲਾ ਹੀ ਨਹੀਂ ਜਦ ਤੱਕ ਹੱਲ ਹੁੰਦਾ ਉਹ ਆਪਣਾ ਵੀ ਆ ਪੰਜਾਬ ਦਾ ਪੂਰਾ ਦਾਦੇ ਲੱਗਿਆ ਹੋਇਆ ਪੂਰੀ ਕਿਸਾਨੀ ਪੂਰੀ ਖੇਤੀ ਉਹਨਾਂ ਦਾ ਭਵਿੱਖ ਦਾਤੇ ਲੱਗਿਆ ਹੋਇਆ ਬਿਲਕੁਲ ਬਿਲਕੁਲ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਫਸਲਾਂ ਬੀਜਣੀਆਂ ਆ ਕਿੱਥੇ ਵੇਚਣੀਆਂ ਆ ਉਹਨਾਂ ਨੂੰ ਕੁਛ ਨਾ ਕੁਛ ਤੇ ਉਹਦੇ ਬਾਰੇ ਜਿਹਾ ਜਾਰੀ ਰੱਖਦੇ ਆ ਮਿਲਦੇ ਆ ਜੀ ਇੱਕ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸ਼ੁਰੂ ਕਰਦੇ ਆ ਜੀ ਵਿਚਾਰ ਚਰਚਾ ਅਸੀਂ ਗੱਲ ਕਰਦੇ ਸੀਗੇ ਭਾਰਤ ਸਰਕਾਰ ਦੀ ਤੇ ਪੰਜਾਬ ਦੇ ਜਿਹੜੇ ਕਿਸਾਨ ਸੰਗਠਨ ਆ ਜਾਂ ਸਾਰੇ ਪੰਜਾਬ ਦਾ ਜਿਹੜਾ ਕਿਸਾਨੀ ਨੂੰ ਲੈ ਕੇ ਸੰਘਰਸ਼ ਚੁਰਿਆ ਜੀ ਕਈ ਦਿਨਾਂ ਤੋਂ ਇਹ ਚੱਲ ਰਿਹਾ ਤੇ ਲੱਗਦਾ ਆਉਣ ਵਾਲੇ ਦਿਨਾਂ ਚ ਕਈ ਦਿਨ ਚੱਲੇਗਾ ਜੀ ਅਸੀਂ ਵੱਖਰੇ ਵੱਖਰੇ ਸੋਰੇ ਉਹਦੇ ਚ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਵੀ ਦੇਖੇ ਪਰ ਕਿਸਾਨੀ ਜਿਹੜੀ ਆ ਉਹ ਇੱਕ ਮੁਟ ਦਿਖੀ ਜੀ ਬਿਲਕੁਲ ਬਹੁਤ ਸਾਰੇ ਲੋਕ ਇਹਦੇ ਵਿੱਚ ਸ਼ਾਮਲ ਹੋਏ ਹੋ ਰਹੇ ਆ ਤੇ ਹਾਲੇ ਵੀ ਜਿਹੜਾ ਇੱਕ ਮੁਟਤਾ ਆ ਉਹ ਦਿਖੀ ਹਾਲਾਂਕਿ ਕਿਤੇ ਨਾ ਕਿਤੇ ਵੱਖਰੀਆਂ ਵੱਖਰੀਆਂ ਜਿਹੜੀਆਂ ਸਾਡੀਆਂ ਕਿਸਾਨੀ ਸੰਗਠਨ ਸੀ ਉਹਨਾਂ ਦੇ ਬਿਆਨਾਂ ਚ ਕਿਤੇ ਨਾ ਕਿਤੇ ਸਾਨੂੰ ਥੋੜੀ ਬਹੁਤ ਵਖਰੀਵਾਂ ਆ ਗਿਆ ਵਖਰੀਵਾਂ ਨਜ਼ਰ ਆਉਂਦਾ ਪਰ ਕੁੱਲ ਮਿਲਾ ਕੇ ਜਿਹੜੀ ਇੱਕ ਝੋਟਿਆ ਉਹ ਕਿਸਾਨੀ ਨੂੰ ਲੈ ਕੇ ਸਾਰਾ ਪੰਜਾਬ ਤਾਂ ਵੇਖੋ ਜਾਨਾ ਜੀ ਸਾਰਾ ਪੰਜਾਬ ਇਸ ਇਸ ਮਸਲੇ ਨੂੰ ਲੈ ਕੇ ਇੱਕ ਹੀ ਆ ਕੱਲ ਇੱਕ 75 ਸਾਲਾ ਮਨਾਇਆ ਭਾਰਤ ਸਰਕਾਰ ਨੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਇਹਨਾਂ ਦੀ ਕੋਈ ਉਹਦੇ 75 ਸਾਲ ਪੂਰੇ ਹੋਏ ਉੱਥੇ ਪ੍ਰਧਾਨ ਮੰਤਰੀ ਸਾਹਿਬ ਦਾ ਸੇਮ ਰਾਗ ਸੀ ਜਿਹੜਾ ਉਹਨਾਂ ਨੇ ਕਾਨੂੰਨ ਬਣਾਉਣ ਵੇਲੇ ਤੋਂ ਫੜਿਆ ਹੋਇਆ ਕਿ ਮੈਂ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਬਹੁਤ ਇਹ ਬਹੁਤ ਚੰਗੇ ਆ ਇਹ ਖੇਤੀ ਲਈ ਬਹੁਤ ਸੁਧਾਰਕ ਨੇ ਤੇ ਇਹਨਾਂ ਨਾਲ ਸਾਰੇ ਦੁਨੀ ਸਾਰੇ ਮੁਲਕ ਦੇ ਕਿਸਾਨਾਂ ਦਾ ਬਹੁਤ ਭਲਾ ਹੋਏਗਾ ਜੀ ਕਿਸਾਨ ਹਲੇ ਵੀ ਉਹੀ ਗੱਲ ਕਰ ਰਹੇ ਆ ਜੋ ਸਾਨੂੰ ਸਮਝ ਆਉਂਦੀ ਹੈ ਬਿਲਕੁਲ ਬਿਲਕੁਲ ਤੇ ਇਹ ਕਿੱਥੇ ਤੱਕ ਦੇਖੋ ਜੀ ਕੱਲ ਵਿਸ਼ਵ ਖੁਰਾਕ ਦਿਵਸ ਵੀ ਸੀਗਾ ਤੇ ਅੱਜ ਸੰਗਠਨ ਜਿਹੜਾ ਤੁਸੀਂ ਦੱਸਿਆ ਇਹਦੀ 75ਵੀਂ ਬਰੈਗੰਡੀ ਸੀਏ ਦੇ ਵਿੱਚ ਸਿੱਕਾ ਵੀ ਜਾਰੀ ਕੀਤਾ ਹੈ 75 ਰੁਪਏ ਦਾ ਪ੍ਰਧਾਨ ਮੰਤਰੀ ਮੋਦੀ ਹੋਣਾ ਨੇ ਤੇ ਉਹਨਾਂ ਨੇ ਫਿਰ ਉਹੀ ਗੱਲ ਕਹੀ ਆ ਪੇ ਅਸੀਂ ਤਾਂ ਕਿਸਾਨਾਂ ਦੀ ਬਿਹਤਰੀ ਲਈ ਕਿਸਾਨਾਂ ਦੇ ਭਵਿੱਖ ਲਈ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਇਹ ਕਾਨੂੰਨ ਬਣਾਏ ਆ ਔਰ ਇਹ ਆਉਂਦੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਬਹੁਤ ਫਾਇਦੇਮੰਦ ਹੋਣਗੇ ਜੀ ਔਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜਿਸ ਗੱਲ ਦਾ ਤੋਖਲਾ ਪ੍ਰਗਟਾਇਆ ਜਾ ਰਿਹਾ ਗੱਲ ਆ ਗਈ ਉੱਥੇ ਫਿਰ ਐਮਐਸਪੀ ਦੀ ਜੀ ਉਹ ਕਹਿੰਦੇ ਐਮਐਸਪੀ ਔਰ ਜੋ ਖਰੀਦ ਦਾ ਢਾਂਚਾ ਆਇਆ ਉਹ ਸਾਡੇ ਆਰਥਿਕ ਵਿਕਾਸ ਦਾ ਇੱਕ ਅਹਿਮ ਹਿੱਸਾ ਆ ਜੀ ਉਹਨੂੰ ਤਾਂ ਛੱਡਿਆ ਨਹੀਂ ਜਾ ਸਕਦਾ ਜੀ ਪ੍ਰਧਾਨ ਮੰਤਰੀ ਨੇ ਜੋਰ ਦੇ ਕੇ ਕਿਹਾ ਅਵੇ ਉਹਨੂੰ ਛੱਡਿਆ ਨਹੀਂ ਜਾ ਸਕਦਾ ਐਮਐਸਪੀ ਔਰ ਖਰੀਦ ਢਾਂਚੇ ਨੂੰ ਲੈ ਕੇ ਸਾਡੀ ਸਰਕਾਰ ਮੈਂ ਖੁਦ ਪੂਰੀ ਤਰ੍ਹਾਂ ਪ੍ਰਤੀਬੱਧ ਆ ਜੀ ਪਰ ਇਹ ਮੇਰੇ ਸਮਝ ਤੇ ਨਹੀਂ ਆ ਰਹੀ ਗੱਲ ਪੇ ਇੰਨਾ ਲੰਮਾ ਸਮਾਂ ਇੱਕ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਵੀ ਜੇ ਤੁਹਾਨੂੰ ਲੱਗਦਾ ਪਏ ਉਹ ਸਾਡੇ ਆਰਥਿਕ ਵਿਕਾਸ ਦਾ ਹਿੱਸਾ ਆ ਤੇ ਉਹਨੂੰ ਕਾਨੂੰਨੀ ਰੂਪ ਕਿਉਂ ਨਹੀਂ ਦਿੰਦੇ ਫਿਰ ਨਹੀਂ ਤੇ ਇਹਨੂੰ ਆਪਾਂ ਏਦਾਂ ਸਮਝ ਲਈਏ ਵੀ ਜੇ ਇਹਨਾਂ ਨੇ ਇਹ ਕਹਿੰਦੇ ਆ ਸਰਕਾਰੀ ਖਰੀਦ ਨਹੀਂ ਅਸੀਂ ਬੰਦ ਕਰਨੀ ਤੇ ਐਮਐਸਪੀ ਤੇ ਵੀ ਅਸੀਂ ਪੱਕੇ ਰਹਿਵਾਂਗੇ ਤਾਂ ਫਿਰ ਇਹ ਸਾਰਾ ਕੁਝ ਆਪ ਖਰੀਦ ਲਿਆ ਕਰਨ ਮੁੜ ਕੇ ਦੇਈ ਜਾਣ ਕਾਰਪੋਰੇਟ ਇਹ ਇਹ ਕਹਿੰਦਾ ਵੀ ਇਹਨੂੰ ਕਾਨੂੰਨੀ ਰੂਪ ਦੇ ਦੇ ਨਾ ਕਾਨੂੰਨੀ ਰੂਪ ਦੇ ਕੇ ਕਾਨੂੰਨ ਬਣਾ ਦੇਣ ਐਮਐਸਪੀ ਵੀ ਕਿਸੇ ਹਾਲ ਚ ਵੀ ਟੁੱਟੇਗੀ ਨਹੀਂ ਚਾਹੇ ਬਿਲਕੁਲ ساری ਜ਼ਿੰਦਗੀ ਨਹੀਂ ਟੁੱਟਣੀ ਬਿਲਕੁਲ ਜਿਹੜੀਆਂ ਮਰਜ਼ੀ ਸਰਕਾਰਾਂ ਆਉਣ ਤੇ ਉਹਨੂੰ ਕਾਨੂੰਨ ਚ ਕਿਉਂ ਨਹੀਂ ਸ਼ਾਮਲ ਕਰਦੇ ਇੱਕ ਮਿਨੀਮਮ ਪ੍ਰਾਈਸ ਕਿਸਾਨਾਂ ਨੂੰ ਮਿਲੀ ਜਾਵੇ ਉਸ ਤੋਂ ਬਾਅਦ ਇਹ ਕਾਰਪੋਰੇਟ ਨੂੰ ਮਹਿੰਗੀ ਵੇਚਣ ਸਸਤੀ ਵਿੱਚ ਸਸਤੀ ਵੇਚਣ ਹੁਣ ਇਹਦੇ ਵੀ ਉਦਾਹਰਨ ਦੇਣ ਲੱਗਾ ਹੁਣ ਆਪਣੇ ਤਾਂ ਐਮਐਸਪੀ ਹੈਗੀ ਪੰਜਾਬ ਚ ਤੇ ਹਰਿਆਣੇ ਚ ਜੂਪੀ ਚ ਹੈ ਨਹੀਂ ਬਿਹਾਰ ਚ ਹੈ ਨਹੀਂ ਹੁਣ ਪੰਜਾਬ ਚ ਜਿਹੜਾ ਝੋਨਾ 1888 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਜੀ ਤੇ ਯੂਪੀ ਔਰ ਬਿਹਾਰ ਦੇ ਵਿੱਚ ਝੋਨਾ ਵਿਕ ਰਿਹਾ 12-1300 ਨੂੰ ਜੀ ਹੁਣ ਹੋਇਆ ਕਿ ਇਸ ਕਾਨੂੰਨ ਦੇ ਨਵੇਂ ਰੰਗ ਉਗੜਨੇ ਸ਼ੁਰੂ ਹੋ ਗਏ ਨੇ ਬਿਲਕੁਲ 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 ਉਹਥੇ 12-1300 ਰੁਪਏ ਦੇ ਝੋਨਾ ਲਿਆ ਸਸਤੇ ਭਾਅ 'ਚ ਉਥੋਂ ਲਿਆ ਕੇ ਟਰੱਕ ਭਰ-ਭਰ ਕੇ ਲਿਆ ਕੇ ਪੰਜਾਬ 'ਚ ਮੀਐਸਪੀ ਦੇ ਵੇਚਣ ਦੇ ਜਿਹੜੇ ਉਹ ਇੱਕ ਨਵਾਂ ਖੁਲਾਸਾ ਹੋਇਆ ਬਿਲਕੁਲ ਤੇ ਉਥੇ ਇਹ ਵੀ ਦੱਸਿਆ ਗਿਆ ਕਿ ਇਹ ਪਹਿਲਾਂ ਵੀ ਸਭ ਕੁਝ ਹੁੰਦਾ ਰਿਹਾ ਪਰ ਹੁਣ ਸਾਹਮਣੇ ਸਾਡੇ ਸੰਘਰਸ਼ ਦੀ ਰਾਣੀ ਹੋਣੀ ਹੈ ਜੀ ਹੁਣ ਇਸ ਕਾਨੂੰਨ ਦੇ ਵਿੱਚ ਰੂਪ ਦੇ ਵਿੱਚ ਆ ਗਿਆ ਨਾ ਅੱਗੇ ਤੁਸੀਂ ਇਲੀਗਲ ਜੀ ਬਗੈਰ ਕਾਨੂੰਨੀ ਸੀ ਹੁਣ ਕਾਨੂੰਨ ਦੇ ਰੂਪ 'ਚ ਆ ਗਿਆ ਵੀ ਕਾਨੂੰਨ ਲਾਗੂ ਭਾਈ ਜਾ ਉਹਨਾਂ ਨੇ ਕਹਿਆ ਵਪਾਰੀ ਜਿੱਥੇ ਮਰਜ਼ ਕਿਸਾਨ ਜਿੱਥੇ ਮਰਜ਼ੀ ਜਾ ਕੇ ਵੇਚ ਸਕਦਾ ਸੋ ਉਥੋਂ ਘਟੋਨਾ ਲਿਆ ਅਸੀਂ ਇੱਥੇ ਆ ਕੇ ਵੇਚਤਾ ਹਾਲਾਂਕਿ ਇੱਥੋਂ ਵਾਲੀਆਂ ਜਿਹੜੀਆਂ ਮੰਡੀ ਬੋਰਡ ਦੇ ਜਿਹੜੇ ਅਧਿਕਾਰੀ ਆ ਏਜੰਸੀਆਂ ਪੰਜਾਬ ਦੀਆਂ ਉਸ ਟੌਕਸੀ ਜਿਗੀਆਂ ਉਹਨਾਂ ਨੇ ਇਹ 5-6 ਟਰੱਕ ਫੜੇ ਵੀ ਆ ਉਹਨਾਂ ਨੇ ਸ਼ੰਭੂ ਬਾਰਡਰ ਤੋਂ ਫੜੇ ਆ ਖਨੌਰੀ ਨਾਕੇ ਤੋਂ ਫੜੇ ਆ ਕਈ ਨਾਕਿਆਂ ਤੋਂ ਹਰਿਆਣੇ ਵੱਲੋਂ ਆਉਂਦੇ ਫੜੇ ਵੀ ਆ ਆਉਂਦੇ ਦਿਨਾਂ 'ਚ ਉਹਨਾਂ ਨੇ ਇਹਦਾ ਨਾਕੇ ਹੋਰ ਸਖਤ ਕਰਨੇ ਆ ਪਰ ਇਹਦਾ ਨੁਕਸਾਨ ਤਾਂ ਫਿਰ ਕਿਸਾਨ ਨੂੰ ਹੋ ਗਿਆ ਨਾ ਜੇ ਉਹ ਬਾਹਰਲੇ ਸਟੇਟਾਂ ਦੇ ਆ ਕੇ ਇਥੇ ਐਮਐਸਪੀ ਤੇ ਵਿਕ ਗਏ ਤੇ ਜਿੰਨੀ ਕ ਰਕਮ ਸੈਂਟਰ ਨੇ ਆਰਬੀਆਈ ਨੇ ਪੰਜਾਬ ਨੂੰ ਫਸਲ ਖਰੀਦਣ ਦਿੱਤੀ ਹੁੰਦੀ ਜਦੋਂ ਉਹ ਰਕਮ ਬਾਹਰਲੇ ਸਟੇਟਾਂ ਵਾਲੇ ਫਸਲ ਨੂੰ ਚਲ ਗਈ ਤੇ ਜਿਹੜੀ ਪੰਜਾਬ ਦੀ ਉਪਜ ਆ ਉਹ ਤਾਂ ਵਿਕੀ ਨਹੀਂ ਨਾ ਫਿਰ ਜੀ ਉਹ ਤਾਂ ਵਿਕਣੇ ਰਹਿ ਜਾਣੀਆਂ ਪਿਛਲੀ ਵਾਰ ਕਣਕ ਵਾਲੀ ਵੀ ਇਦਾਂ ਹੋਇਆ ਸੀਗਾ ਬਿਲਕੁਲ 40 ਲੱਖ ਟਨ ਜਿਹੜੀ ਕਣਕ ਆ ਉਹ ਐਮਐਸਪੀ ਤੋਂ ਵਿਕਣੇ ਰਹਿ ਗਈ ਸੀ ਜੀ ਹੁਣ ਉਸੇ ਇਸੇ ਕਰਕੇ ਤਾਂ ਕਿਸਾਨ ਇਹ ਰੋਂਦੇ ਆ ਪੇ ਜਦੋਂ ਇਹ ਫਸਲ ਵਿਕਣੋ ਰਹਿ ਜਾਣੇ ਐਮਐਸਪੀ ਤੇ ਤੇ ਕਿਸਾਨ ਨੂੰ ਫਿਰ ਜਿੱਥੇ ਉਹਨੂੰ 18-1900 ਰੁਪਏ ਐਮਐਸਪੀ ਮਿਲਦਾ ਉਹਨੂੰ 1000-1200 ਵਿੱਚੇ ਵੇਚਣੀ ਪਊਗੀ ਜੀ ਤੇ ਨੁਕਸਾਨ ਤਾਂ ਫਿਰ ਕਿਸਾਨ ਦਾ ਹੋਇਆ ਨਾ ਤੇ ਕਾਨੂੰਨ ਨੂੰ ਆਪਣੇ ਤੌਰ ਤੇ ਦਾਵਾ ਇਹੇ ਕਰ ਰਹੀ ਆ ਵੀ ਇਹ ਕਿਸਾਨਾਂ ਦੀ ਭੈਤਰੀ ਲਈ ਆ ਪਰ ਜੋ ਗੱਲਾਂ ਸਾਹਮਣੇ ਆ ਰਹੀਆਂ ਹੌਲੀ-ਹੌਲੀ ਦਿਨ ਪਰ ਦਿਨ ਜੋ ਪਤਾ ਲੱਗ ਰਿਹਾ ਵੀ ਇਹਦੇ ਜਿਹੜੇ ਕਾਨੂੰਨ ਦੇ ਅਸਰ ਹਜੇ ਲਾਗੂ ਹੋ ਸਕਦਾ ਹੋਰ ਸਾਲ ਤੱਕ ਇਹਦੇ ਹੋਰ ਰੰਗ ਦਿਸਣੇ ਹੋਣ ਪਰ ਨਵੇਂ ਰੰਗ ਜਿਹੜੇ ਪਹਿਲੇ ਦਿਸਣੇ ਸ਼ੁਰੂ ਹੋ ਗਏ ਉਦੋਂ ਤੋਂ ਤਾਂ ਸਾਬ ਦੇਖਦਾ ਕਿ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਪਰ ਨਾਲ ਉਹਨਾਂ ਨੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਤਾਰੀਫ਼ ਬਹੁਤ ਕੀਤੀ ਜੀ ਇਹ ਵੀ ਮੈਂ ਦੱਸ ਦਿਆਂ ਉਹ ਕਹਿੰਦੇ ਵੀ ਮੈਂ ਇਹਨਾਂ ਦੇ ਸਦਕੇ ਜਾਵਾਂ ਕਿਸਾਨਾਂ ਦੇ ਵੀ ਇਹੋ ਜੇ ਕਰੋਨਾ ਮਹਾਮਾਰੀ ਦੌਰਾਨ ਵੀ ਦੇਸ਼ ਨੂੰ ਭੁੱਖਾ ਨਹੀਂ ਜਾਣ ਦਿੱਤਾ ਇਹਨਾਂ ਨੇ ਦੇਖੋ ਉਹ ਉਸ ਤਾਰੀਫ਼ ਕਰ ਰਹੇ ਆ ਉਹ ਕਹਿੰਦਾ ਵੀ ਇਹ ਇਦਾਂ ਦੇ ਦੌਰ ਦੇ ਵਿੱਚ ਜਿੱਥੇ ਸਾਰੀ ਦੁਨੀਆ ਅੰਦਰ ਦੁਬੱਕ ਕੇ ਬੈਠੀ ਹੋਈ ਸੀ ਘਰਾਂ ਦੇ ਅੰਦਰ ਨਿਕਲਦੀ ਨਹੀਂ ਸੀ ਉਹ ਸਮੇਂ ਦੌਰਾਨ ਇਹਨਾਂ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਸਖਤ ਮਿਹਨਤ ਕਰਕੇ ਅਨਾਜ ਪੈਦਾ ਕੀਤਾ ਔਰ ਪੂਰਾ ਦੇਸ਼ ਖਾਂਦਾ ਰਿਹਾ ਰਸ਼ਨ ਰਸ਼ਨ ਦੀਆਂ ਡਿਪੂਆਂ ਤੇ ਗਿਆ ਅਨਾਜ ਉਹ ਵੀ ਕਿਸਾਨਾਂ ਦਾ ਪੈਦਾ ਕੀਤਾ ਹੋਇਆ ਹੋਰ ਜਿੱਥੇ ਲੰਗਰ ਚੱਲਦੇ ਰਿਹਾ ਸਾਰਾ ਕੁਝ ਚੱਲਦਾ ਰਿਹਾ ਕਿਸਾਨਾਂ ਦੇ ਮਤਲਬ ਪੂਰੀ ਸਿਫਤ ਜੀ ਉਹਨਾਂ ਨੇ ਕੀਤੀ ਆ ਵੀ ਕਿਸਾਨਾਂ ਤੋਂ ਬਿਨਾ ਇੱਕ ਸਮਾਂ ਉਹਨਾਂ ਨੇ ਸ਼ੋਅ ਕਰਤਾ ਵੀ ਦੇਸ਼ ਚੱਲ ਨਹੀਂ ਸਕਦਾ ਵੀ ਜੇ ਇੰਨੀ ਸਿਫਤ ਕਰਦੇ ਆ ਇਹਨਾਂ ਤੁਹਾਨੂੰ ਲੱਗਦਾ ਆਪੇ ਕਿਸਾਨ ਤੋਂ ਬਿਨਾ ਦੇਸ਼ ਨਹੀਂ ਚੱਲ ਸਕਦਾ ਤੇ ਕਿਸਾਨ ਦੇ ਫਿਰ ਗੱਲ ਦੇ ਅਗੁੱਠਾ ਕਿ ਉਹ ਦੇਈ ਜਾਂਦੇ ਫਿਰ ਮੁੜ ਕੇ ਹੋਰ ਮਸਲੇ ਬਹੁਤ ਆ ਬੇਰੋਜ਼ਗਾਰੀ ਪਹਾੜਾਂ ਨੂੰ ਖੜੀ ਆ ਦੇਸ਼ ਚ ਨਹੀਂ ਇਹਨਾਂ ਨੂੰ ਚਾਹੀਦਾ ਕੁਝ ਇਹੋ ਜਿਹਾ ਕਰਨ ਕਿ ਕਿਸਾਨ ਵੀ ਇਹਨਾਂ ਦੀ ਸਿਫਤ ਕਰਨ ਗੱਲ ਤੇ ਇਹ ਹੀ ਆ ਨਾ ਕਿ ਐਨ.ਆਰ. ਤੋਂ ਕਿਸੇ ਨੇ ਛੇੜਿਆ ਨਹੀਂ ਇਸ ਮਸਲੇ ਨੂੰ ਤੁਸੀਂ ਵੀ ਆਰਾਮ ਰਾਜੇ ਨਹੀਂ ਸੀ ਕੁਝ ਕਰ ਸਕਦੇ ਆਮਦਨ ਦੁੱਗਣੀ ਕਰਨੀ ਸੀ ਉਹਨੂੰ ਤਰੀਕਾ ਹੁੰਦਾ ਕਰਨ ਦਾ ਕਿਸੇ ਹੋਰ ਤਰੀਕੇ ਨਾਲ ਕਰ ਦਿੰਦੇ ਇਹ ਤਰੀਕੇ ਨਾਲ ਥੋੜੀ ਬੇ ਕਾਰਪੋਰੇਟ ਘਰਾਣੇ ਨੂੰ ਲੈ ਕੇ ਇਹ ਵਿੱਚ ਵੜਦੇ ਹੋ ਤਾਂ ਕਹਿ ਦਿਓ ਦੇਖੋ ਜੀ ਤੁਹਾਡੀ ਆਮਦਨ ਦੁੱਗਣੀ ਹੋ ਜਾਊਗੀ ਹੁਣ ਕਿਸਾਨ ਨੂੰ ਵੀ ਕਿਸਾਨ ਦੇ ਜੇ ਨਜ਼ਰ ਖਾਨੇ ਦਾ ਦਿਮਾਗ 'ਚ ਨਹੀਂ ਪਿੰਦੀ ਗੱਲ ਉਹ ਕਿੱਦਾਂ ਮੰਨੂਗਾ ਵੀ ਮਿੱਦੂਗਣੀ ਹੋਊਗੀ ਜਦ ਕਿਸੇ ਦੁਗਣੀ ਹੋ ਕੇ ਦਿਖਾ ਦੇਣ ਫਿਰ ਤਾਂ ਮੰਨਿਆ ਕੱਲੇ ਦਾਵਿਆਂ 'ਚ ਕੱਲੇ ਬਿਆਨਾਂ 'ਚ ਜਾਂ ਭਾਸ਼ਣਾਂ 'ਚ ਕਹਿ ਕੇ ਆਪਾਂ ਕਰੀ ਜਾਈਏ ਬਾਰ-ਬਾਰ ਇਹ ਕਾਨੂੰਨ ਤੁਹਾਡੇ ਲਈ ਬਣਾਇਆ ਹੈ ਜਿਹਦੇ ਲਈ ਬਣਾਇਆ ਭਰਾਵਾ ਉਹਨੂੰ ਤਾਂ ਪੁੱਛ ਲਓ ਜੀ ਪਿਓ ਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ ਜਦੋਂ ਹੁਣ ਘਰ ਦੇ ਵਿੱਚ ਆਪਾਂ ਕੋਈ ਇੱਕ ਬੱਚਾ ਆ ਦੋ ਬੱਚੇ ਆ ਇੱਕ ਬੱਚੇ ਨੂੰ ਕਹਿ ਕੇ ਤੈਨੂੰ ਆਹੇ ਚੀਜ਼ ਲੈ ਕੇ ਦੇਣੀ ਆ ਉਹ ਕਹੇ ਵੀ ਮੇਰੇ ਤੇ ਇੰਟਰਸਟ ਹੈ ਨਹੀਂ ਮੈਂ ਤਾਂ ਆਹ ਲੈਣੀ ਆ ਤਫ ਜਬਰਦਸਤੀ ਇਹਨੂੰ ਲਾਉਗੇ ਤਾਂ ਉਹ ਥੋੜੀ ਲਾਊਗਾ ਸਰ ਬਿਲਕੁਲ ਉਹਦਾ ਪਈ ਰਹੂਗੇ ਲਿਆ ਕੇ ਪਾਵਾਂ ਤੁਸੀਂ ਲੱਖ ਰੁਪਏ ਖਰਚ ਕੇ ਰੱਖ ਲਓ ਉਹੀ ਹਾਲ ਕਿਸਾਨਾਂ ਦਾ ਜੇ ਜਿਹਦੀ ਬੇਤਲੀ ਲਈ ਤੁਸੀਂ ਕਰ ਰਹੇ ਆ ਉਹਨੂੰ ਪੁੱਛ ਲਓ ਵੀ ਤੇਰੇ ਲਈ ਆ ਕਰਦੇ ਆ ਤੈਨੂੰ ਫਾਇਦੇਮੰਦ ਹੋਊ ਬਿਲਕੁਲ ਤੇ ਜੇ ਉਹ ਮੰਨੂਗਾ ਹੀ ਨਹੀਂ ਤਾਂ ਉਹਦੇ ਤੇ ਜਬਰਦਸਤੀ ਥੋਪਦੇ ਆ ਤਾਂ ਫਿਰ ਤਾਂ ਆਹ ਨੀਤੀ ਜਾ ਫਿਰ ਅੰਦੋਲਨਾ ਵਾਲਾ ਰਾਏ ਨਿਕਲਣਾ ਫਿਰ ਬਿਲਕੁਲ ਤੇ ਜ਼ਬਰਦਸਤੀ ਤੁਸੀਂ ਬੱਚੇ ਤੇ ਤਾਂ ਸ਼ਾਇਦ ਥੋੜੀ ਬਹੁਤੀ ਕਰ ਲਓ ਤੇ ਜਿੰਨੇ ਸਾਡੇ ਅੱਜ ਕੱਲ੍ਹ ਨਹੀਂ ਹੁੰਦਾ ਬਚਾ ਅੱਜ ਕੱਲ੍ਹ ਨਹੀਂ ਹੁੰਦਾ ਬਚਾ ਜੀ ਅੱਜ ਕੱਲ੍ਹ ਨਹੀਂ ਮੰਨਦਾ ਪਹਿਲਾਂ ਮੰਨ ਜਾਂਦਾ ਹੁੰਦਾ ਸੀ ਕਹਿੰਦਾ ਮੈਂ ਮੈਂ ਹੋਰ ਗੱਲ ਕਰਨ ਲੱਗਾ ਸੀ ਕਿ ਜਦੋਂ ਅਸੀਂ ਸਾਰੇ ਮੁਲਕ ਦਾ ਢਿੱਡ ਭਰਨ ਵਾਲੀ ਗੱਲ ਨੂੰ ਕਰਾਂਗੇ ਉਹ ਫਿਰ ਕਿਦਾਂ ਨਹੀਂ ਦੇਖੋ ਨਾ ਇੱਕ ਪਾਸੇ ਸਿਰਫ ਕਰ ਰਹਾ ਹੈ ਇੱਕ ਪਾਸੇ ਉਹਨਾਂ ਦੇ ਕਹਿ ਰਹੇ ਵੀ ਅਸੀਂ ਨਹੀਂ ਟੱਸ ਤੋਂ ਮਸ ਹੁਣਾ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਪ੍ਰਧਾਨ ਮੰਤਰੀ ਹੋਰਾਂ ਦਾ ਹੀ ਬਿਆਨ ਸੀਗਾ ਵੀ ਸਾਡੀ ਸਰਕਾਰ ਖੇਤੀ ਸੁਧਾਰਾਂ ਦੇ ਵੱ ਹੁਣ ਪਿੱਛੇ ਮੁੜਨ ਦਾ ਸਵਾਲ ਨਹੀਂ ਪੈਦਾ ਹੁੰਦਾ ਤੇ ਇਸ ਤੋਂ ਲੱਗਦਾ ਵੀ ਉਹਨਾਂ ਨੇ ਆਪਣਾ ਅਡੀਅਲ ਵਤੀਰਾ ਪੂਰਾ ਰੱਖਿਆ ਹੋਇਆ ਵੀ ਅਸੀਂ ਨਹੀਂ ਮੰਨਣਾ ਹੁਣ ਇਹ ਆਉਂਦੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨ ਅਵੋਲਨ ਮਗ ਰਿਆ ਭਖ ਰਿਆ ਉਹ ਤੋਂ ਫਿਰ ਆਉਂਦੇ ਦਿਨਾਂ 'ਚ ਪਤਾ ਲੱਗੂਗਾ ਵੀ ਹੁਣ ਇਹ ਕਿਹੜਾ ਮੂੜ ਘਟ ਰਿਹਾ ਜਿਹੜਾ ਕਿਸਾਨ ਸੰਘਰਸ਼ ਆ ਵੇ ਕਾਨੂੰਨ ਸਰਕਾਰ ਵਾਪਸ ਲੈਂਦੀ ਆ ਕਿ ਨਹੀਂ ਲੈਂਦੀ ਜਾਂ ਕਿਸਾਨਾਂ ਦਾ ਜੜ ਸੰਘਰਸ਼ ਦਿੱਲੀ ਜਾ ਕੇ ਹੋਰ ਕੀ ਰੂਪ ਦਿਖਾਲੇਗਾ ਇਹ ਆਉਂਦੇ ਦਿਨਾਂ ਚ ਪਤਾ ਲੱਗੂਗਾ ਜੀ ਰਾਜਨੀਤੀ ਹਲੇ ਤੱਕ ਜਾਰੀ ਰਹੂ ਬਿਲਕੁਲ ਰਾਜਨੀਤੀ ਦੇ ਉੱਤੇ ਹੈਸ ਵੇਲੇ ਭਾਰੀ ਆ ਪਹਿਲਾਂ ਤੋਂ ਭਾਰੀ ਹੁੰਦੀ ਆਈ ਆ ਠੀਕ ਆ ਕਿਸਾਨਾਂ ਨੇ ਆਪਣੇ ਆਪ ਦੇ ਵਿੱਚ ਇਹ ਕੈਮ ਰੱਖਿਆ ਕਿਉਂਕਿ ਜਦੋਂ ਪਰਸੋਂ ਚੰਡੀਗੜ੍ਹ ਮੀਟਿੰਗ ਸੀਗੀ ਉੱਥੇ ਵੀ ਮੇਰੀ ਰਿਪੋਰਟ ਆ ਫਿਰ ਇੱਕ ਬੰਦਾ ਕੋਈ ਕਿਸਾਨਾਂ ਤੋਂ ਬਾਹਰ ਲਾ ਅੰਦਰ ਆਵੜਿਆ ਸੀ ਅੱਛਾ ਜੀ ਇੱਕਦਮ ਉਹਨਾਂ ਨੇ ਪਛਾਣ ਲਿਆ ਪਛਾਣ ਕੇ ਉਹਨੂੰ ਬਾਹਰ ਕੱਢਤਾ ਫਿਰ ਉਹਨਾਂ ਦੇ ਵਿੱਚੋਂ ਕਿਸੇ ਨੇ ਇੱਕ ਦੋਸ਼ ਵੀ ਲਾਇਆ ਕਿਸੇ ਇੱਕ ਕਿਸਾਨ ਜਥੇਬੰਦੀ ਦੇ ਆਗੂ ਨੇ ਵੀ ਇਹ ਬੰਦਾ ਦਿੱਲੀ ਦੀ ਮੀਟਿੰਗ ਦੇ ਵਿੱਚ ਵੀ ਸਾਡੇ ਕੋਲ ਉੱਥੇ ਸੀਗਾ ਜੀ ਹੁਣ ਉਹ ਬੰਦਾ ਜਿਹੜਾ ਪਛਾਣ ਇਹਨਾਂ ਨੇ ਜ਼ाहिर ਨਹੀਂ ਕੀਤੀ ਕੌਣ ਆ ਕੌਣ ਨਹੀਂ ਨਾ ਹੀ ਉਹਦੀ ਕੋਈ ਪਛਾਣ ਕਿਤੇ ਜ਼ाहिर ਹੋਈ ਆ ਪਰ ਉਹਨਾਂ ਦਾ ਇਹ ਦੋਸ਼ ਸੀਗਾ ਵੀ ਇਹੀ ਬੰਦਾ ਜਿਹੜਾ ਦਿੱਲੀ ਮੀਟਿੰਗ 'ਚ ਵੀ ਸ਼ਾਮਲ ਸੀ ਜਿਹਦੇ ਸਾਨੂੰ ਇਤਰਾਜ਼ ਹੋਇਆ ਬਹੁਤ ਤੇ ਕੱਲ੍ਹ ਵਾਲੀ ਜਿਹੜੀ ਕਿਸਾਨਾਂ ਦੀ ਮੀਟਿੰਗ 'ਚ ਵੀ ਸ਼ਾਮਲ ਹੋ ਕਿਤੇ ਨੇ ਕਿਤੇ ਲੱਗਦਾ ਪਏ ਉਹਨਾਂ ਨੂੰ ਜਾਂ ਪਰਮਾਉਣ ਦੀ ਕੋਸ਼ਿਸ਼ ਆ ਕਿਸਾਨਾਂ ਨੂੰ ਵੀ ਜਾਂ ਸਮਝਾਉਣ ਦਾ ਇੱਕ ਪਾਸੇ ਰਿਹਾ ਜੇ ਸਮਝਾਉਣ ਦੀ ਕੋਸ਼ਿਸ਼ ਹੋਵੇ ਤੁਹਾਡੀ ਤੇ ਫੇ ਤੁਸੀਂ ਮੰਤਰੀ ਜਿਹੜੇ ਆ ਵਰਚੁਅਲ ਮੀਟਿੰਗਾਂ ਕਰਨ ਦੇ ਆ ਦਿੱਲੀ ਬੈਠੇ ਜਾਂ ਕਿਤੇ ਹੋਰ ਬੈਠੇ ਤੇ ਉਹ ਆ ਕੇ ਕਿਸਾਨਾਂ ਦੇ ਵਿੱਚ ਬਹਿ ਕੇ ਕਰਨ ਪਰੇ ਵਰਚੁਅਲ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਟੈਕਨੋਲੋਜੀ ਦੇ ਨਾਲ ਇੱਕ ਬੰਦਾ ਸਕਰੀਨ ਤੇ ਬਹਿ ਜਾਂਦਾ ਤੇ ਮੋਰੇ ਦੂਜੇ ਪਾਸੇ ਦੂਰ ਤਰਾਡੇ ਕਿਥੇ ਸਕਰੀਨ ਤੇ ਬਹਿੰਦੇ ਆ ਤੇ ਉਹ ਮੋਰੇ ਬਹਿ ਕੇ ਦੇਖਣ ਵਾਲੇ ਵੀ ਤਾਂ ਉਹਨਾਂ ਦੇ ਆਪਣੇ ਬੰਦੇ ਆ ਤੇ ਆਪਣੇ ਬਹਿਣੇ ਆ ਬਾਕੀ ਇਹ ਤਾਂ ਬਾਹਰ ਘਰਾਓ ਕਰਨ ੜੇ ਹੁੰਦੇ ਬਾਕੀ ਇਹ ਤਾਂ ਬਾਹਰ ਕੇ ਨਾਰੇ ਬਾਜੀ ਕਰਨ ੜੇ ਹੁੰਦੇ ਆ ਉਹਨਾਂ ਨੇ ਥੋੜੀ ਅੰਦਰ ਆ ਕੇ ਬਹਿਣਾ ਜੀ ਜੇ ਉਹ ਅੰਦਰ ਆ ਕੇ ਬਹਿ ਗਏ ਤਾਂ ਫੇਰ ਇਹਨਾਂ ਨੇ ਦਿੱਲੀ ਕੋ ਸੱਦਣਾ ਸੀ ਇੱਥੇ ਆ ਕੇ ਪੰਜਾਬੀ ਗੱਲ ਕਰ ਲੈਣ ਤੇ ਜੀ ਵਰਚੁਅਲ ਮੀਟਿੰਗ ਉਧਰੋਂ ਪੰਜਾਬ ਤੋਂ ਇੱਥੇ ਕਰ ਰਹੇ ਆ ਇਹਨਾਂ ਨੂੰ ਦਿੱਲੀ ਸੱਦ ਰਿਆ ਵੀ ਨਹੀਂ ਤੁਹਾਡੇ ਨਾਲ 1 ਟੂ 1 ਕਰਨੀ ਮੀਟਿੰਗ ਤੇ ਫੇ ਉਹ ਗੱਲ ਉੱਥੇ ਆ ਗਈ ਨਾ ਜੇ ਉਹ ਕਿਸਾਨਾਂ ਨਾਲ ਕਰਨੀ ਹੋਵੇ ਤੇ ਉਹ ਬਾਹਰ ਘਰਾਓ ਤਾਂ ਨਰੇਵਾ ਜੀ ਨਾ ਕਰਨ ਹੁਣ ਜਿਹੜੇ ਬੰਦੇ ਇਹਨਾਂ ਦੇ ਚਾਰ ਪੰਜ ਹੋਰੇ ਬੈਠੇ ਹੁੰਦੇ ਆ ਕੀ ਪਤਾ ਕਈਆਂ ਨੂੰ ਹਜੇ ਤੱਕ ਇਹ ਵੀ ਨਹੀਂ ਪਤਾ ਹੋਣਾ ਪਿਆ ਯਾਰ ਕਾਨੂੰਨ ਦੇ ਵਿੱਚ ਹੈ ਕੀ ਆ ਜੀ ਉਹ ਛੋਟਾ ਮੋਟਾ ਤਾਂ ਹੈ ਨਹੀਂ ਬਹੁਤ ਲੰਮਾ ਚੌੜਾ ਪੜਨ ਵਾਲਾ ਹੈ ਕਾਫੀ ਕੁਝ ਗੱਲਾਂ ਹੁੰਦੀਆਂ ਵਿੱਚ ਤੇ ਜਿਹੜੇ ਬੰਦੇ ਜੇ ਆਪਾਂ ਭਾਜਪਾ ਦੀ ਵੀ ਗੱਲ ਕਰੀਏ ਤਾਂ ਕਿਸਾਨ ਦੇ ਕਾਡਰ ਉਹਨਾਂ ਦੇ ਕੋਲ ਬਹੁਤ ਘੱਟ ਆ ਤੇ ਉਹ ਉਹਨਾਂ ਨੂੰ ਉਹਨਾਂ ਨੂੰ ਤਾਂ ਲੋੜ ਵੀ ਨਹੀਂ ਹੈਗੀ ਉਹਨਾਂ ਨੂੰ ਤਾਂ ਆਪਣੇ ਲੀਡਰ ਨੂੰ ਦੇਖਣ ਉਹਦੇ ਜੋ ਕਹਿੰਦਾ ਵੀ ਜੜਾ ਉੱਠਦਾ ਲੀਡਰ ਕਹਿੰਦਾ ਮੈਂ ਕਿਸਾਨ ਆ ਜੀ ਉਹਨੂੰ ਕਹਿੰਦਾ ਮੜਾ ਜਾ ਪੁੱਛ ਕੇ ਦੇਖੋ ਵੀ ਉਹ ਜੂੜਾ ਕਿਹਨੂੰ ਕਹਿੰਦੇ ਆ ਜੀ ਪਤਾ ਤਾਂ ਲੱਗੇ ਵੀ ਕਹਿੰਦਾ ਕਿਸਾਨ ਕਿੱਥੋਂ ਕਿਸਾਨ ਆ ਕਹਿੰਦਾ ਐ ਥੋੜੀ ਵੀ ਜਾ ਕੇ ਸਟੇਜ ਤੇ ਚੜ ਜਾਓ ਤੇ ਬੋਲਣ ਲੱਪੋ ਮੈਂ ਕਿਸਾਨ ਆ ਕੋਈ ਭਾਜਪਾ ਵਾਲੇ ਵੀ ਸਾਰੇ ਇਹ ਕਹਿੰਦੇ ਆ ਰਹੇ ਆ ਵੀ ਮੈਂ ਕਿਸਾਨ ਆ ਮੈਂ ਇੱਕ ਸੀਨੀਅਰ ਲੀਡਰ ਨੂੰ ਜਦੋਂ ਦਿੱਲੀ ਰੌਲਾ ਪਿਆ ਮੀਟਿੰਗ ਦੇ ਵਿੱਚ ਉਹਨੂੰ ਇੱਕ ਟੀਵੀ ਚੈਨਲ ਤੇ ਭਾਜਪਾ ਦੇ ਸੀਨੀਅਰ ਲੀਡਰ ਜਿਹੜਾ ਕਿਸਾਨ ਆਗੂ ਹੀ ਆ ਜੀ ਉਹਨੂੰ ਮੈਂ ਬੋਲਦਾ ਸੁਣਿਆ ਜਾਦਾ ਔਰ ਭਲੇਖੇ ਨਾਲ ਕਿਤੇ ਮੂੰਹ ਚ ਨਿਕਲ ਗਿਆ ਉਹ ਕਹਿੰਦਾ ਜੀ ਮੈਂ ਵੀ ਕਿਸਾਨ ਪਰਿਵਾਰ ਚ ਆ ਫਿਰ ਕਹਿੰਦਾ ਮੈਂ ਆਪ ਖੁਦ ਕੇ ਖੇਤੀ ਕਰਦਾ ਕਿਸਾਨ ਆ ਮੈਂ ਹੈ ਪੰਜਾਬ ਦਾ ਹੀ ਆ ਜੀ ਤੇ ਉਹਦੇ ਤੋਂ ਮੂੰਹ ਨਿਕਲ ਗਿਆ ਵੀ ਮੈਨੂੰ ਵੀ ਪਤਾ ਪਏ ਕਿਸਾਨ ਮਾਰੂ ਕਾਨੂੰਨ ਆ अच्छा जी निकल ਗਿਆ ਮੂੰਹ ਉਹਦੇ ਪਰ ਉਹਨੇ ਉਹਨੂੰ ਕਵਰ ਕਰ ਲਿਆ ਵੀ ਨਹੀਂ ਜੇ ਇਹਦੇ ਵਿੱਚ ਕੋਈ ਆ ਗਲਤ ਲੱਗਦਾ ਕਿਸਾਨਾਂ ਨੂੰ ਤਾਂ ਮਿਲ ਬੈਠ ਕੇ ਗੱਲਬਾਤ ਰਹੀਂ ਇਹਨੂੰ ਹੱਲ ਕਰਨਾ ਚਾਹੀਦਾ ਵੀ ਗੱਲਬਾਤ ਆਹੀ ਇਹਦਾ ਹੱਲ ਆ ਉਦਾਂ ਤਾਂ ਹੱਲ ਹੈ ਨਹੀਂ ਇਹਦਾ ਕੋਈ ਵੀ ਕਹਿਣ ਦਾ ਭਾਵ ਹੈ ਇਹ ਜਿਹੜੇ ਭਾਜਪਾ ਆਗੂ ਆ ਉਹਨਾਂ ਦੇ ਵੀ ਮਨ 'ਚ ਕਿਤੇ ਨਾ ਕਿਤੇ ਗੱਲ ਖਟਕਦੀ ਆ ਵੀ ਇਹ ਜਿਹੜਾ ਕਿਸਾਨ ਰੌਲਾ ਪਾ ਰਹੇ ਆ ਇਹਦੇ ਤੇ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੋਣੀ ਆ ਵੀ ਇਹਨੂੰ ਹੱਲ ਕਰਨਾ ਚਾਹੀਦਾ ਜਿੰਨਾ ਜਲਦੀ ਹੋ ਸਕੇ ਨਹੀਂ ਤਾਂ ਪੰਜਾਬ ਦੇ ਵਿੱਚ ਉਹਨਾਂ ਲਈ ਜਿਹੜੀ ਉਹ ਸਿਆਸੀ ਜ਼ਮੀਨ ਆ ਉਹ ਕਾਫੀ ਹੱਦ ਤੱਕ ਖੁਰਦੀ ਜਾ ਰਹੀ ਹੈ ਸ਼ਿਰਕਤ ਸਾਹਿਬ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਕੁਝ ਹੋਰ ਗੱਲਾਂ ਕਰਨੀਆਂ ਨੇ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਚਾਰ ਚਰਚਾ ਅਸੀਂ ਪ੍ਰੋਗਰਾਮ ਦੇ ਪਿਛਲੇ ਹਿੱਸੇ 'ਚ ਗੱਲ ਕਰਦੇ ਸੀਗੇ ਕਿਸਾਨਾਂ ਦੇ ਪੰਜਾਬ ਦੇ ਜਿਹੜੇ ਸੰਘਰਸ਼ ਆ ਕੁਝ ਕਾਨੂੰਨ ਪਾਸ ਹੋਏ ਨੇ ਉਹਨਾਂ ਦੇ ਲਈ ਤੇ ਨਾਲ ਹੀ ਅਸੀਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕੀਤੀ ਸੀ ਉਹਨਾਂ ਨੇ ਕੁਝ 75 ਰੁਪਏ ਦਾ ਇੱਕ ਸਿੱਕਾ ਜਾਰੀ ਕੀਤਾ ਇਹੋ ਜੇ ਕੰਮ ਹੁੰਦੇ ਰਹਿੰਦੇ ਨੇ ਸਾਡੇ ਮੁਲਕ ਦੇ ਵਿੱਚ ਜਦੋਂ ਕੁਝ ਚੀਜ਼ਾਂ ਯਾਦਗਾਰੀ ਬਣਾਉਣੀਆਂ ਹੁਣ ਬਿਲਕੁਲ ਜੀ ਅਸੀਂ ਬਹੁਤ ਵਾਰ ਜਿਹੜੀ ਮੌਜੂਦਾ ਸਰਕਾਰ ਆ ਸਮੇਂ ਦਾ ਨਿਜਾਮ ਆ ਉਹਦੀਆਂ ਗਲਤੀਆਂ ਵੀ ਕੱਢਦੇ ਉਹਨਾਂ ਦੀਆਂ ਗੱਲਾਂ ਵੀ ਕਰਦੇ ਆ ਪਰ ਕੱਲ ਉਹਨਾਂ ਨੇ ਇੱਕ ਚੰਗੀ ਗੱਲ ਵੀ ਕੀਤੀ ਜੀ ਉਹਨਾਂ ਨੇ ਇੱਕ ਪਿਰਤ ਪਾਈ ਆ ਪਹਿਲਾਂ ਵੀ ਸ਼ਾਇਦ ਇਹ ਹੁੰਦਾ ਰਿਹਾ ਕਿ ਹਰ ਸਾਲ ਉਹਨਾਂ ਨੇ ਆਪਣੀ ਸੰਪਤੀ ਦੇ ਐਲਾਨ ਕਰਨ ਦੀ ਗੱਲ ਕੀਤੀ ਜੀ ਬਿਲਕੁਲ ਬਿਲਕੁਲ ਮੋਦੀ ਸਾਹਿਬ ਫਿਰ ਸਾਲ ਬਾਅਦ ਅਮੀਰ ਹੋਇਆ ਕਿ ਕੁਝ ਪੈਸੇ ਘਟੇ ਆ ਮਲਕ ਦੇ ਕੋਲ ਤਾਂ ਮਲਕ ਦੇ ਕੋਲ ਤੇ ਘਟੇ ਹੀ ਆ ਸਾਰਿਆਂ ਕੋਲ ਬਿਲਕੁਲ ਸ਼ਰਮਾ ਜੀ ਇੱਥੇ ਕੋਈ ਸ਼ੱਕ ਨਹੀਂ ਮਲਕ ਦੇ ਕੋਲ ਭਵਾਂ ਆਬਾਦੀ ਕੋਲ ਘਟੇ ਹੋਣ ਪਰ ਜਿਹੜੇ ਅਮੀਰਾਂ ਦੀ ਸੂਚੀ ਦੇ ਵਿੱਚ ਅਮੀਰ ਹੋਰ ਹੁੰਦੇ ਗਏ ਆ ਜੀ ਉਹਨਾਂ ਸੂਚੀਆਂ ਦੇ ਵਿੱਚ ਅਮੀਰਾਂ ਦੀ ਗਿਣਤੀ ਹੋਰ ਵਧ ਗਈ ਆ ਜੀ ਜਿਵੇਂ ਅਪਾਮਬਾਨੀ ਦੀ ਗੱਲ ਕਰੀਏ ਜਾਂ ਜੈਫ ਬਿਜੋਸ ਦੀ ਗੱਲ ਕਰੀਏ ਤੇ ਇਹ ਸਾਰੇ ਅਮੀਰ ਇਸ ਲੋਕਡਾਊਨ ਦੌਰਾਨ कोरोना महामारी ਦੇ ਦੌਰਾਨ ਹੀ ਅਮੀਰ ਤੋਂ ਵੀ ਬਾਅਦ ਅਮੀਰ ਕਿਤੇ ਅਮੀਰ ਹੋ ਗਏ ਕੋਈ ਹਸਾਬ ਹੀ ਨਹੀਂ ਪਰ ਉਹਦੇ ਵਿੱਚ ਆਪਾਂ ਦੇਖਿਆ ਤਜਾਵੇਤ ਪ੍ਰਧਾਨ ਮੰਤਰੀ ਨੂੰ ਉਸ ਤਰੀਕੇ ਨਾਲ ਨਹੀਂ ਜੋੜ ਸਕਦੇ ਆਪਾਂ ਜਦੋਂ ਅਸੀਂ ਗੱਲ ਕਰਦੇ ਸੀਗੇ ਅਮੀਰ ਹੋਣ ਦੀ ਤੇ ਅਸੀਂ ਉਹ ਗੱਲ ਕਰਦੇ ਆ ਕਿ ਪੂੰਜੀਵਾਦੀ ਨਿਜ਼ਾਮ ਦੇ ਵਿੱਚ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਆ ਹਮੇਸ਼ਾ ਵਧ ਹੀ ਜਾਂਦਾ ਵਧ ਹੀ ਜਾਂਦਾ ਜੀ ਬਿਲਕੁਲ ਗਰੀਬ ਤਾਂ ਹੋਰ ਗਰੀਬ ਹੋ ਹੀ ਜਾਂਦਾ ਤੇ ਅਮੀਰ ਹੋਰ ਅਮੀਰ ਹੋ ਹੀ ਜਾਂਦਾ ਤੇ ਉਹਦੇ ਨਾਲ ਆਪਾਂ ਨਹੀਂ ਜੋੜ ਸਕਦੇ ਇਹਨੂੰ ਪ੍ਰਧਾਨ ਮੰਤਰੀ ਵਾਲੇ ਜਿਹੜੇ ਅੰਕੜਿਆਂ ਨੂੰ ਪਰ ਉਹਦੇ ਵਿੱਚ ਇਹਨਾਂ ਨੇ ਨਸ਼ਰ ਕੀਤਾ ਜਨਤਕ ਕੀਤੇ ਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਨੇ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਨਾਥ ਸਿੰਘ ਨੇ ਨਿਰਮਲਾ ਸੀਤਾਰਮਨ ਨੇ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਜਾਇਦਾਦਾਂ ਦੇ ਅੰਕੜੇ ਜਿਹੜੇ ਉਹ ਨਸ਼ਰ ਕੀਤੇ ਆ ਜਨਤਕ ਕੀਤੇ ਆ ਔਰ ਕਰਨੇ ਵੀ ਚਾਹੀਦੇ ਆ ਮੈਂ ਕਹਿੰਦਾ ਹਰੇਕ ਨੌਕਰਸ਼ਾਹ ਨੂੰ ਹਰੇਕ ਸਿਆਸਤਦਾਨ ਨੂੰ ਇਹ ਸਾਲ ਬਾਅਦ ਆਪਣੀ ਜਾਇਦਾਦ ਦੇ ਅੰਕੜੇ ਲੋਕਾਂ ਦੇ ਸਾਹਮਣੇ ਰੱਖਣੇ ਚਾਹੀਦੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਦੋਂ ਇਹ ਸਿਆਸਤ ਵਿੱਚ ਨਹੀਂ ਸੀ ਤਾਂ ਪਹਿਲਾਂ ਕੀ ਸੀ ਸਿਆਸਤ ਵਿੱਚ ਆ ਕੇ ਹੁਣ ਸਾਲ ਬਾਅਦ ਇਹਦੇ ਕੋਲ ਕੀ ਆ ਗਿਆ ਲੋਕਾਂ ਨੂੰ ਜਾਣਕਾਰੀ ਜਰੂਰ ਹੋਣੀ ਚਾਹੀਦੀ ਇਸ ਬਾਰੇ ਇਸੇ ਤਰੀਕੇ ਨਾਲ ਪ੍ਰਧਾਨ ਮੰਤਰੀ ਨੇ ਕੀਤਾ ਜਿਹੜੇ ਉਹਨਾਂ ਦੀ ਪਿਛਲੇ ਸਾਲ ਜਾਇਦਾਦ ਦੀ ਜਿਹੜੀ ਉਹ ਕੀਮਤ ਸੀਗੀ 2 ਕਰੋੜ 49 ਲੱਖ ਸੀਗੀ ਜਿਹੜੀ ਵੱਧ ਕੇ ਹੁਣ 2 ਕਰੋੜ 85 ਲੱਖ ਹੋ ਗਈ ਆ ਕੁੱਲ ਮਿਲਾ ਕੇ 36 ਲੱਖ ਦਾ ਉਹਨਾਂ ਦਾ ਆਪਾਂ ਕਹੀਏ ਪੇ ਅਮੀਰ ਹੋਏ 36 ਲੱਖ ਜੋਗੇ ਜੀ ਤੇ ਕੋਈ ਜ਼ਿਆਦਾ ਨਹੀਂ ਹੈਗਾ ਉਹਨਾਂ ਦੀ ਤਨਖਾਹ ਵੀ ਚਲੋ ਪ੍ਰਧਾਨ ਮੰਤਰੀ ਦੀ ਹੁੰਦੀ ਆ ਤੇ ਉਹਨਾਂ ਨੇ ਸੇਵਿੰਗਸ ਵੀ ਕੀਤੀਆਂ ਆ ਬਚਤ ਖਤੇ ਵੀ ਉਹਨਾਂ ਦੇ ਹੈਗੇ ਆ ਜੀ ਜਨਾ ਦਾ ਵਿਆਜ ਪੈਂਦਾ ਰਹਿੰਦਾ ਪਰ ਉਹਦੇ ਵਿੱਚ ਇੱਕ ਵੱਡੀ ਗੱਲ ਸਾਹਮਣੇ ਇਹ ਆਈ ਆ ਕਿ ਦੱਸਿਆ ਗਿਆ ਉਸ ਦਸਤਾਵੇਜ਼ਾਂ ਦੇ ਵਿੱਚ ਜਿਹਦੇ ਵਿੱਚ ਜਨਤਕ ਕੀਤੇ ਆ ਕਿ ਪ੍ਰਧਾਨ ਮੰਤਰੀ ਦੇ ਸਿਰ ਤੇ ਕੋਈ 1 ਰੁਪਏ ਦਾ ਕਰਜ਼ਾ ਹੈ ਨਹੀਂ ਜੀ ਅਗਲੀ ਗੱਲ ਨਾਲ ਇਹ ਵੀ ਕਹੀ ਆ ਕਿ ਇਹਨਾਂ ਦੇ ਨਾਂ ਤੇ ਕੋਈ ਵੀ ਗੱਡੀ ਨਹੀਂ ਹੈ ਇਹ ਦੋਨੇ ਚੀਜ਼ਾਂ ਹੋ ਗਈਆਂ ਫਿਰ ਨਾਲ ਉਹਨਾਂ ਨੇ ਕਿਹਾ ਪਈ ਇਹਨਾਂ ਕੋਲ ਇੱਕ ਚਾਰ ਮੁੰਦਰੀਆਂ ਆ ਚਾਰ ਅੰਗੂਠੀਆਂ ਆ ਸੋਨੇ ਦੀਆਂ ਇਹਨਾਂ ਦਾ ਭਾਰ 45 ਗ੍ਰਾਮ ਬਣਦਾ ਜੀ ਔਰ 1.5 ਲੱਖ ਦੀ ਉਹਦੀ ਕੀਮਤ ਅੰਕੀ ਗਈ ਆ ਉਸ ਦਸਤਾਵੇਜ਼ ਦੇ ਵਿੱਚ ਜੀ ਤੇ ਇਸੇ ਤਰ੍ਹਾਂ ਜੇ ਉਹ ਹੋਰ ਗੱਲ ਕਰੀਏ ਤਾਂ ਉਹਦੇ ਵਿੱਚ ਦੱਸਿਆ ਗਿਆ ਵੀ ਅਮਿਤ ਸ਼ਾਹ ਦੀ ਜਿਹੜੀ ਉਹ ਸੰਪਤੀ ਥੋੜੀ ਜਿਹੀ ਘਟ ਗਈ ਆ ਪਰ ਫਿਰ ਉਹ ਨੈਸ਼ਨਲ ਲੈਵਲ ਤੇ ਚੱਲ ਜੰਦੀ ਗੱਲ ਪ੍ਰਧਾਨ ਮੰਤਰੀ ਤੱਕ ਆਪਾਂ ਜੇ ਰੱਖੀਏ ਤਾਂ ਸਾਰੇ ਉਤਸੁਕ ਹੁੰਦੇ ਦੇਖਣ ਲਈ ਤੇ ਹਾਂ ਵੀ ਪ੍ਰਧਾਨ ਮੰਤਰੀ ਦੀ ਜਿਹੜੀ ਜਾਇਦਾਦ ਦੀ ਜਿਹੜੀ ਕੀਮਤ ਵਧੀ ਹੈ ਤੇ ਕਿਵੇਂ ਵਧੀ ਆ ਉਸ ਤਰੀਕੇ ਨਾਲ ਉਹਨਾਂ ਨੇ ਆਪਣਾ ਸਾਰਾ ਜਨਤ ਕੀਤਾ ਆ ਹਰੇਕ ਸਾਲ ਇਸ ਤਰੀਕੇ ਨਾਲ ਲਾਜ਼ਮੀ ਕਰ ਦੇਣਾ ਚਾਹੀਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਚਾਹੇ ਸਟੇਟਾਂ ਦੀ ਵਿਧਾਨ ਸਭਾ ਹੋਵੇ ਚਾਹੇ ਪੰਜਾਬ ਦੀ ਚਾਹੇ ਲੋਕ ਸਭਾ ਰਾਜ ਸਭਾ ਉਹਦੇ ਵਿੱਚ ਜਿੰਨੇ ਵੀ ਜਿਹੜੇ ਨੌਕਰਸ਼ਾਹ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਆ ਜਿਹੜੇ ਮੰਤਰੀ ਬਣੇ ਆ ਜਿਹੜੇ ਵਿਧਾਇਕ ਆ ਐਮਪੀ ਆ ਉਹਨਾਂ ਸਾਰਿਆਂ ਦੇ ਇਸ ਤਰੀਕੇ ਨਾਲ ਨਸ਼ਰ ਹੋ ਜਾਣੇ ਚਾਹੀਦੇ ਜ਼ਰੂਰ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਜੀ ਜੀ ਆਪਾਂ ਗੱਲ ਕਰਦੇ ਸੀ ਮੋਦੀ ਸਾਹਿਬ ਦੀ ਤੇ ਆਪਾਂ ਗੱਲ ਜਦੋਂ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਵਾਪਸ ਆਈਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਨਹੀਂ ਦੱਸਿਆ ਆਪਣੇ ਅੰਕੜੇ ਨੇ ਹਲੇ ਇਹਨਾਂ ਨੇ ਰੜਾਏ ਪਾਇਆ ਵੀ ਹਰ ਸਾਲ ਦੱਸਿਆ ਕਰਾਂਗੇ ਅੱਛਾ ਜੀ ਪਰ ਉਹ 3 ਸਾਲ ਲੰਘ ਗਏ ਹੁਣ ਇਹ ਪਤਾ ਨਹੀਂ ਜੀ ਕਿਹੜੇ ਸਾਲ ਕਹਿੰਦੇ ਸੀ ਦੱਸਿਆ ਕਰਾਂਗੇ ਇੱਤੇ ਦਿਨਾਂ ਚ ਇਹਨਾਂ ਨੇ ਕੁਝ ਹੋਰ ਦੱਸਿਆ ਪੰਜਾਬ ਬਾਰੇ ਕਹਿੰਦੇ ਬਹੁਤ ਕੁਝ ਕਰਨਾ ਇਹ ਦੇਖੋ ਜੀ ਹੁਣ ਜਿੱਥੋਂ ਤੱਕ ਲੱਗਦਾ ਵੀ ਮੁੱਖ ਮੰਤਰੀ ਆਪਣਾ ਕੈਪਟਨ ਅਮਿੰਦਰ ਸਿੰਘ ਇਹ ਇਸ ਵੇਲੇ ਚੋਣ ਮੋੜ ਮੋੜ ਦੇ ਵਿੱਚ ਆ ਗਏ ਅੱਛਾ ਜੀ ਉੱਠ ਗਏ ਨੇ ਪੂਰੀ ਤਰ੍ਹਾਂ ਚੋਣ ਮੋੜ ਚ ਆ ਗਏ ਆ ਕਿਉਂਕਿ 2022 ਦੇ ਚੋਣਾਂ ਰਹਿ ਗਏ ਸਾਰੇ 13-14 ਮਹੀਨੇ ਅਗਲਾ ਸਵਾਲ ਹੀ ਰਹੇਗਾ ਥੋੜਾ ਬਹੁਤ ਇੱਕ ਅੱਧਾ ਮਹੀਨਾ ਵੱਧ ਘੱਟ ਹੋਊਗਾ ਫਰਵਰੀ ਮਾਰਚ ਵਿੱਚ ਹੁੰਦੀਆਂ ਹੁੰਦੀਆਂ ਤੇ ਚਾਰ ਇਹ ਤੇਰਾ 14 ਮਹੀਨਿਆਂ ਦਾ ਫਰਕ ਰਹਿ ਗਿਆ ਕਿਉਂ ਉਹਦੇ ਵਿੱਚੋਂ ਮਹੀਨਾ ਦੇਢ ਮਹੀਨਾ ਤਾਂ ਫਿਰ ਜਾਪਤੇ ਚ ਲੰਘ ਜਾਂਦਾ ਸਾਲ ਕੇ ਰਹਿ ਗਿਆ ਸਮਝ ਲਓ ਤੇ ਉਹਦੇ ਵਿੱਚ ਇਹਨਾਂ ਨੇ ਜੀ ਪਿਛੇ ਕੈਮਰੇਟ ਦੀ ਮੀਟਿੰਗ ਸੀਗੀ ਜਿਹੜਾ ਬਲਾਉਂਡ ਦਾ ਮੁੱਖ ਮਕਸਦ ਤਾਂ ਸੀਗਾ ਕਿ ਕਿਸਾਨਾਂ ਲਈ ਜਿਹੜੇ ਖੇਤੀ ਕਾਨੂੰਨ ਆ ਉਹਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਦਾ اجلاس ਬੁਲਾਉਣਾ ਜੀ ਪਰ ਉਸ ਕੈਬਨਟ ਦੇ ਮੀਟਿੰਗ ਦੇ ਵਿੱਚ ਹੀ ਇਹਨਾਂ ਨੇ ਇਹੋ ਜਿਹਾ ਐਲਾਨਾ ਦੀ ਝੜੀ ਲਾਤੀ ਪੇ ਲੋਕੀ ਦੇਖਣ ਪਏ ਇੱਕ ਪਾਸੇ ਤਾਂ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ ਜੀ ਸੈਂਟਰ ਸਾਨੂੰ ਜੀਐਸਟੀ ਦਾ ਹਿੱਸਾ ਨਹੀਂ ਦੇ ਰਿਹਾ ਸੈਂਟਰ ਸਾਨੂੰ ਜੀਐਸਟੀ ਦਾ ਮੁਆਵਜ਼ਾ ਨਹੀਂ ਦੇ ਰਿਹਾ ਤੇ ਜੋ ਐਲਾਨੇ ਦੀ ਝੜੀ ਮੁੱਖ ਮੰਤਰੀ ਲਾ ਰਹੇ ਆ ਉਹ ਪੂਰਾ ਕਿੱਥੋਂ ਕਰੋਗੇ ਉਹ ਦੇਖੋ ਇਹਨਾਂ ਨੇ ਕਹਿਤਾ ਵੀ 1 ਲੱਖ ਨੌਕਰੀਆਂ ਦੇਣੀਆਂ ਅਗਲੇ ਸਾਲ 'ਚ ਆਉਂਦੇ ਸਾਲ ਦੇ ਵਿੱਚ ਇਸ ਸਾਲ ਤਾਂ ਵੈਸੇ ਸੰਭ 可能 ਹੈ ਨਹੀਂ ਜੀ ਕਿਉਂਕਿ ਇਹਨਾਂ ਨੂੰ ਤਾਂ ਆਪਣਾ ਹੀ ਪੈਸਾ ਨਹੀਂ ਮਿਲ ਰਿਹਾ ਆਉਂਦੇ ਸਾਲ ਦੇ ਵਿੱਚ ਕਿਵੇਂ ਜਟਾਉਂਦੇ ਆ ਪੈਸਾ ਉਹਦਾ ਵੀ ਹਜੇ ਕੋਈ ਸਾਧਨ ਨਹੀਂ ਦੱਸਿਆ ਇਹਨਾਂ ਨੇ ਤੇ ਤੁਹਾਡਾ ਜਿਹੜਾ ਇਨਕਮ ਦਾ ਸੋਰਸ ਕਿੱਥੋਂ ਆਊਗਾ ਤਨਖਾਹਾਂ ਦਾ ਪਹਿਲੇ ਮੁਲਾਜ਼ਮਾਂ ਨੂੰ ਦੇ ਹੋ ਰਹੀਆਂ ਇਹਨਾਂ ਤੋਂ ਤੇ ਇਹ ਦੱਸ ਰਹੇ 1 ਲੱਖ ਨੌਕਰੀਆਂ ਚੰਗੀ ਗੱਲ ਆ ਦੇਣੀ ਚਾਹੀਦੀ ਸੀ ਇਹ ਬੇਰੋਜ਼ਗਾਰੀ ਬਹੁਤ ਜ਼ਿਆਦਾ ਆ ਪਰ ਉਹਨੂੰ ਅਮਲ 'ਚ ਵੀ ਲਿਆਓ ਨਾ ਫਿਰ ਇਹਨਾਂ ਨੇ ਕਹਿਤਾ ਜ਼ਮੀਨੀ ਹੱਕ ਦੇ ਦਾਂਗੇ ਜਿਹੜੇ ਝੁੱਗੀ-ਚੌਪੜੀਆਂ ਵਾਲੇ ਆ ਉਹਦੀ ਤੇ ਸ਼ੁਰੂਆਤ ਵੀ ਕਰ ਲਗੇ ਉਹਨਾਂ ਦੀ ਵੀ ਸ਼ੁਰੂਆਤ ਕਰ ਦਿੱਤੀ ਆ ਪਿੰਡੂ ਜਿਹੜਾ ਵਿਲੇਜ ਨੂੰ ਸਕੀਮ ਜਿਹੜੀ ਆ ਉਹਦੀ ਅੱਜ ਰਾਹੁਲ ਗਾਂਧੀ ਤੋਂ ਸ਼ੁਰੂਆਤ ਕਰ ਰਹੇ ਆ ਸੈਕੰਡ ਪੜਾਦੀ ਜਿਹਦੇ ਵਿੱਚ ਘੱਟੋ-ਘੱਟ 2700 ਕਰੋੜ ਰੁਪਈਆ ਖਰਚ ਹੋਣਾ ਆ ਪਿੰਡਾਂ ਨੂੰ ਇੱਕ ਸਮਾਰਟ ਪਿੰਡ ਬਣਾਉਣ ਦੇ ਦਿਸ਼ਾ ਵੱਲੋਂ ਤੁਰੇ ਆ ਸਾਡੇ ਪੰਜਾਬ ਠੀਕ ਆ ਇਹ ਜਾਣਾ ਚਾਹੀਦਾ ਪਰ ਉਹਦੇ ਲਈ ਦੇਖਣਾ ਤਾਂ ਬਣਦਾ ਇਹ ਆ ਨਾ ਵੀ ਤੁਸੀਂ 3 ਸਾਲ ਤੱਕ ਕੁਝ ਨਹੀਂ ਕੀਤਾ ਤਿੰਨ ਸਾਲ ਦੇ ਪਹਿਲਾ ਜਿਹੜੇ ਚੋਣ ਜਿੱਤਣ ਲਈ ਵਾਅਦੇ ਕੀਤੇ ਸੀਗੇ ਉਹਨਾਂ ਵਾਅਦੇ ਆ ਜੋ ਕਿੰਨੇ ਕੁ ਪੂਰੇ ਕੀਤੇ ਆ ਹੁਣ ਜਦੋਂ ਤੁਹਾਡੇ ਸਿਰ ਦੇ ਉੱਤੇ ਕੁੰਡਾ ਲਿਆ ਕੇ ਖੜਕਾਤਾ ਉਹਨਾਂ ਨੇ ਸਾਡੇ ਪੰਜਾਬ ਦੇ ਜੇ ਕਾਂਗਰਸ ਦੇ ਇੰਚਾਰਜ ਹਰੀ ਸ਼ਰਾਵਤ ਹੁਣ ਆ ਕੇ ਦੇਖਦੇ ਆ ਪਰ ਮੈਂ ਦੇਖਦਾ ਤਿੰਨ ਸਾਲਾਂ 'ਚ ਕਿਹੜੇ ਵਾਦੇ ਪੂਰੇ ਕੀਤੇ ਆ ਹਾਈ ਕਮਾਂਡਰ ਉਹ ਦੇਖ ਲਈ ਆ ਵੀ ਭਾਈ ਸਾਹਿਬ ਤੁਹਾਡੇ ਜਿਹੜੇ ਵਾਦੇ ਪੂਰੇ ਨਹੀਂ ਹੋਏ ਗਾਹਾਂ ਚੋਣਾ ਆ ਰਹੀਆਂ ਕੀ ਕਰਨਾ ਇਹਨਾਂ ਦਾ ਤੇ ਉਦੋਂ ਇੱਕਦਮ ਚੌਥੇ ਸਾਲ ਆ ਕੇ ਇਹੋ ਜਿਹੇ ਐਲਾਨਾਂ ਦੀ ਝੜੀ ਲਾ ਦਿੰਨੇ ਆ ਤੇ ਇਹ ਤਾਂ ਫੇਰ ਸਵਾਲਾਂ ਦੀ ਘੜੀ ਚ ਸਵਾਲਾਂ ਦੇ ਵਿੱਚ ਕਿਰਿਆ ਜਾਂਦਾ ਬੰਦਾ ਵੀ ਇੰਨੇ ਸਾਲ ਤੱਕ ਕੀਤਾ ਕੁਝ ਨਹੀਂ ਹੁਣ ਚੋਣਾ ਨੇੜੇ ਆ ਗਈਆਂ ਤਾਂ ਕਰਨ ਲੱਗੇ ਆਪਣੇ ਆਪ ਚ ਹੀ ਲੋਕਾਂ ਦੇ ਮਨ 'ਚ ਸਵਾਲ ਪੈਦਾ ਹੋ ਜਾਂਦਾ ਵੀ ਇਹ ਹੁਣ ਆ ਕੇ ਇਹਨਾਂ ਨੂੰ ਕਿਉਂ ਚਿੱਤ ਆਇਆ ਸਾਡੀਆਂ ਸਰਕਾਰਾਂ ਨੇ ਟ੍ਰੈਂਡ ਹੀ ਬਣਾ ਲਿਆ ਹੈ ਬਿਲਕੁਲ ਇਸੇ ਤਰ੍ਹਾਂ ਦੇ ਟੰਡੇ ਆ ਤਿੰਨ ਸਾਲ ਕੁਛ ਨਾ ਕਰੋ ਚੌਥੇ ਸਾਲ ਆ ਕੇ ਆਹ ਦਿਖਾ ਲਿਓ ਤੇ ਇਹਦੇ ਵਿੱਚ ਲੋਕਾਂ ਨੂੰ ਵੀ ਥੋੜਾ ਜਿਹਾ ਸਮਝ ਆਉਣੀ ਚਾਹੀਦੀ ਆ ਗਾਹਾਂ ਤੇ ਗਾਹਾਂ ਹੁਣ ਜਾਗਰੂਕ ਹੋ ਰਿਹਾ ਵੋਟਰ ਬਹੁਤ ਜੀ ਮੈਂ ਤਾਂ ਇਹ ਕਹੂੰਗਾ ਕਿ ਜਾਗਰੂਕ ਹੋ ਰਿਹਾ ਪਹਿਲਾਂ ਵਾਲਾ ਉਹ ਗੱਲ ਹੈ ਨਹੀਂ ਤੇ ਜੇ ਉਹ ਜਾਗਰੂਕ ਹੁੰਦੇ ਆ ਤਾਂ ਉਹਨਾਂ ਨੂੰ ਵੀ ਇਹ ਸਵਾਲ ਕਰਨੇ ਚਾਹੀਦੇ ਆ ਕਿ ਤੁਸੀਂ ਐਸ ਆਖਰੀ ਸਾਲ ਆ ਕੇ ਸਾਡੇ ਲਈ ਕਰ ਰਹੇ ਆ ਪਹਿਲਾਂ 3 ਸਾਲ ਕਿਉਂ ਨਹੀਂ ਕੀਤਾ ਇਹਦੇ ਵਿੱਚ 33% ਰਾਖਵਾ ਕਰਨ ਵੀ ਰੱਖਿਆ ਆ ਔਰਤਾਂ ਲਈ ਜੋ ਕਿ ਆਪਣੇ ਆਪ ਚ ਇੱਕ ਇਤਿਹਾਸ ਸਿਰਜਣ ਜਾ ਰਹੇ ਆ ਪੰਜਾਬ ਪਹਿਲੀ ਵਾਰੀ ਹੋਇਆ ਪਏ ਜਿਹੜੀਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਜਿਹੜੀਆਂ ਭਰਤੀ ਹੋਣੀ ਆ ਸਿੱਧੀ ਉਹਦੇ ਵਿੱਚ 33% ਔਰਤਾਂ ਨੂੰ ਨੌਕਰੀ ਦਿੱਤੀ ਜਾਊਗੀ ਤੇ ਇੱਕ ਰਿਪੋਰਟ ਇਹ ਵੀ ਕਹਿੰਦੀ ਆ ਕਿ ਹੁਣ ਤੱਕ ਜਿਹੜੀ ਬੀਬੀਆਂ ਦੀ ਗਿਣਤੀ ਆ ਉਹ ਬਹੁਤ ਥੋੜੀ ਆ ਇੱਥੋਂ ਹਰੇਕ 20% ਹੈ ਸ਼ਾਇਦ ਹਰੇਕ ਪੱਧਰ ਤੇ ਹਰੇਕ ਮਹਿਕਮੇ ਚ ਥੋੜੀ ਆ ਜੇ ਆਪਾਂ ਸਿਆਸਤ ਦੇ ਵਿੱਚ ਕਹੀਏ ਚੋਣ ਲੜਨ ਦੇ ਵਿੱਚ ਕਹੀਏ ਤਾਂ ਵੀ ਥੋੜੀ ਆ ਉਦਾਂ ਵੀ ਲੋਕ ਸਭਾ ਦੇ ਵਿੱਚ ਵੀ ਪਾਸ ਹੋ ਚੁੱਕਾ ਪਰ ਉੱਥੇ ਬਹੁਤਿਆਂ ਪੂਰੀਆਂ ਜਿੰਨੀ ਗਿਣਤੀ 33% ਹੁੰਦੀ ਆ ਉਹ ਨਹੀਂ ਪੂਰੀ ਨਹੀਂ ਹੋਈ ਜੀ ਇਹਦੇ ਨਾਲ ਇਹਨਾਂ ਨੇ ਪੰਜਾਬ ਸਰਕਾਰ ਨੇ ਇੱਕ ਹੋਰ ਕੀਤਾ ਵੀ ਪੋਸਟ میٹرਿਕ ਸਕਾਲਰਸ਼ਿਪ ਨਵੀਂ ਲਾਂਡ ਦਿੱਤੀ ਆ ਇਹਨਾਂ ਕਹਿੰਦਾ ਸੈਂਟਰ ਨੇ ਰੱਦ ਕਰਤੀ ਕਰਦੇ ਵਾਸੀਂ ਆਪਣੀ ਨਵੀਂ ਦਿੰਨੇ ਆ ਉਹ ਹੁਣ ਉਹਦੇ ਲਈ ਵੀ ਫੰਡ ਚਾਹੀਦਾ ਕਿੱਥੋਂ ਦਊਗਾ ਇਹ ਵਧਾਇਆ ਕਿ ਜਿਹੜੇ ਆ ਉਹ ਹਰੀ ਸ਼ਰਾਵਤ ਕੋਲ ਬਾਰ-ਬਾਰ ਸ਼ਿਕਾਇਤਾਂ ਕਰਦੇ ਸੀਗੇ ਵੀ ਸਾਡੇ ਦੇ ਹਲਕਿਆਂ 'ਚ ਵਿਕਾਸ ਦਾ ਨਾ ਦੀ ਕੋਈ ਚੀਜ਼ ਹੀ ਨਹੀਂ ਹੋਈ। ਜੀ ਅਸੀਂ ਮੂੰਹ ਕੇ ਦਿਖਾ ਲਾਂਗੇ। ਗਾਹਾਂ ਚੋਣਾ ਦੇ ਵਿੱਚ ਵੋਟਾਂ ਕਿਦਾਂ ਮੰਗਣ ਜਾਵਾਂਗੇ ਅਸੀਂ। ਉਹ ਕਹਿੰਦੇ ਘੱਟੋ-ਘੱਟ ਸਾਨੂੰ 25-25 ਕਰੋੜ ਚਾਹੀਦਾ ਸਾਡੇ ਹਲਕੇ ਵਾਸਤੇ। ਜੀ ਹੁਣ ਉਹ 25-25 ਕਰੋੜ ਕਿੱਥੋਂ ਇਹਨਾਂ ਨੇ ਜਟਾਉਣਾ? ਇਹ ਵੀ ਦਾਵੇ ਕੋ ਸਾਧਨ ਦੱਸਿਆ ਨਹੀਂ ਐਲਾਨ ਜਰੂਰ ਸਾਰੇ ਕੀਤੇ ਆ ਪਰ ਇਹਨਾਂ ਨੂੰ ਆਮਦਨ ਦਾ ਸਾਧਨ ਕੋਈ ਨਹੀਂ ਦੱਸਿਆ ਪਈ ਇਹ ਪੈਸਾ ਜਟਾਉਣਾ ਕਿੱਥੋਂ ਆ ਇਹਨਾਂ ਦੀ ਟੇਕ ਆ ਜੀਐਸਟੀ ਦੇ 9500 ਕਰੋੜ ਤੇ ਜੀ ਜਿਹੜਾ ਇਹ ਕਹਿ ਰਹੇ ਆ ਵੀ ਸਾਡਾ 9500 ਕਰੋੜ ਆ ਰਿਹਾ ਪਰ ਉਹਦੇ ਲਈ 9500 ਕਰੋੜ ਦੇ ਹੋਰ ਪ੍ਰੋਜੈਕਟ ਬਹੁਤ ਆ ਜਿਹੜੇ ਕਹ ਅਧੂਰੇ ਪਏ ਆ ਪੂਰੇ ਕਰਨ ਵਾਲੇ ਆ ਕੱਲੇ ਇਹਨਾਂ ਦੇ ਸਿਰ ਤੇ ਥੋੜੀ ਜਿਹੀ ਨਵੇਂ ਜੜੇ ਲਿਆਉਣੇ ਉਹਨਾਂ ਦੇ ਖਰਚ ਦੇਣੇ ਆ ਪਹਿਲਾਂ ਤੇ ਵੀ ਖਰਚੇ ਪੂਰੇ ਕਰਨੇ ਪੈਣੇ ਆ ਉਹ ਤੁਸੀਂ ਪਹਿਲਾਂ ਵੀ ਦੱਸਿਆ ਸੀ ਉਹ ਕਿਹੜਾ ਦੇ ਰਿਹਾ ਉਹ ਤਾਂ ਕਹਿੰਦੇ ਕਰਜ਼ਾ ਲੈ ਲਓ ਉਹ ਵੀ ਤਾਂ ਕਰਜ਼ੇ ਕਰਜ਼ੇ ਲੈਣ ਨੂੰ ਕਹਿ ਰਹੇ ਆ ਉਹਨਾਂ ਨੇ ਹਜ਼ਾਰ ਕਰੋੜ ਤਾਂ ਜਾਰੀ ਕਰਤਾ ਇਹਨਾਂ ਨੂੰ ਪਰ ਅਜੇ ਜਿੱਥੇ ਤੱਕ ਮੈਨੂੰ ਪਤਾ ਲੱਗਾ ਮਾਸਟਰਾਂ ਦੀਆਂ ਟੀਚਰਾਂ ਦੀਆਂ ਤਨਖਾਹਾਂ ਨਹੀਂ ਅਜੇ ਤੱਕ ਪਈਆਂ 17 18 ਤਰੀਕ ਹੋ ਗਈ ਆ ਜੀ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਗੱਲ ਕਰਦੇ ਸੀਗੇ ਕਿ ਭਾਜਪਾ ਪੰਜਾਬ 'ਚ ਇਲੈਕਸ਼ਨ ਨੂੰ ਕਾਲੀ ਆ ਕਾਲੀ ਦਲ ਵੀ ਕਾਲੇ ਆ ਤੇ ਹੁਣ ਲੱਗਦਾ ਕਿ ਪੰਜਾਬ ਸਰਕਾਰ ਨੂੰ ਵੀ ਲੱਗਦਾ ਕਿ ਹੁਣ ਕਾਂਗਰਸ ਨੂੰ ਵੀ ਉਹ ਜ਼ਿਆਦਾ ਮੁਲਾਜ਼ਮਾਂ ਨੂੰ ਵੀ ਖੁਸ਼ ਕਰਨ ਨੂੰ ਕੀਤਾ ਆ ਇਹਨਾਂ ਨੇ ਮੈਂ ਦਾਦਵਾ ਨਾਮਾ ਪੇਸ਼ ਕੀ ਲਿਆਰੇ ਅੱਛਾ ਜੀ ਹਾਂ ਕਹਿੰਦੇ ਕਿ ਤੇ ਮੁਲਾਜ਼ਮ ਨਾ ਨਰਾਜ਼ ਹੋ ਜਾਣ ਜੋ ਕਿ 사ੰਦਨਾਜ ਕਰੀ ਬੈਠੇ ਆ ਹੋਰ ਜਿਹੜੇ ਅ ਦਲਤ ਵਿਦਿਆਰਥੀ ਜਿਹਨਾਂ ਦੇ ਵਜੀਫੇ ਘਟਾਲੇ ਕਰ ਬੈਠੇ ਉਹ ਨਰਾਜ਼ ਕਰੀ ਬੈਠੇ ਆ ਕਿਤੇ ਮੁਲਾਜ਼ਮੀਆਂ ਦਾ ਨਾਂਜ ਹੋ ਜਾਣ ਉਹਨਾਂ ਨਾਲ ਨਵਾਂ ਪੇਸਕੇ ਲੈ ਕੇ ਆ ਰਹੇ ਉਹ ਵੀ ਐਲਾਨ ਕੀਤਾ ਐ ਇਸੇ ਕੈਬਿਨਟ ਦੀ ਮੀਟਿੰਗ ਜੀ ਇੱਕ ਹੋਰ ਅੱਜ ਦੀ ਖਬਰ ਸੀ ਕਿ ਸੁਪਰੀਮ ਕੋਰਟ ਨੇ ਜਿਹੜੀ ਤੁਹਾਡੇ ਪ੍ਰਦੂਸ਼ਣ ਪੰਜਾਬ ਦੇ ਵਿੱਚ ਆ ਉਹਦੇ ਲਈ ਪਹਿਲੀ ਵਾਰੀ ਇੱਕ ਜੱਜ ਸਾਹਿਬ ਦੀ ਡਿਊਟੀ ਲਾਈ ਹੈ ਸ਼ਾਇਦ ਉਹ ਸੇਵਾਮੁਕਤ ਜੱਜ ਨੇ ਜੀ ਜੀ ਤੇ ਪੰਜਾਬ ਹਰਿਆਣਾ ਯੂਪੀ ਤੇ ਦਿੱਲੀ ਨੂੰ ਸਰਕਾਰਾਂ ਨੂੰ ਵੀ ਕਿਹਾ ਉਹਨਾਂ ਨੇ ਕਿ ਇਸ ਕਮੇਟੀ ਨੂੰ ਜਿਹੜੀ ਵਨ ਇੱਕ ਮੈਂਬਰੀ ਕਮੇਟੀ ਹੈ ਇਹਨਾਂ ਨੂੰ ਉਹ ਸਮਰਥਨ ਦਿਓ ਤੇ ਇਹਨਾਂ ਨੂੰ ਆਪਣਾ ਸਹਿਯੋਗ ਦਿਓ ਤਾਂ ਕਿ ਉਹ ਇਸ ਚੀਜ਼ ਦੇ ਉੱਤੇ ਨਜ਼ਰਸਾਨੀ ਕਰ ਰੱਖਣ ਇਹ ਕੀ ਬਿਲਕੁਲ ਸ਼ਰਮਾ ਜੀ ਪ੍ਰਦੂਸ਼ਣ ਜਿਹੜਾ ਬਹੁਤ ਵੱਡਾ ਮਸਲਾ ਆ ਕੇਵਲ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਹੀ ਆ ਪਰ ਹਰੇਕ ਸਾਲ ਇਹ ਕਿਹਾ ਜਾਂਦਾ ਪਈ ਪੰਜਾਬ ਦੇ ਵਿੱਚ ਜਿਹੜੇ ਜ਼ਿੰਮੇਦਾਰ ਆ ਮੈਂ ਇਹਦੇ ਚ ਥੋੜੀ ਜਿਹੀ ਗੱਲ ਕਰਾਂ ਪੰਜਾਬ ਦਾ ਨਹੀਂ ਦੇਸ਼ ਦਾ ਨਹੀਂ ਸਾਰੇ ਮੁਲਕ ਦਾ ਆ ਟਰੰਪ ਸਾਹਿਬ ਦਾ ਵੀ ਕੱਲ ਇਦਾਂ ਦਾ ਇੱਕ ਬਿਆਨ ਆ ਟਰੰਪ ਨੇ ਵੀ ਦੇਖੋ ਆਪਣੇ ਮਿੱਤਰ ਦੇਸ਼ ਨੂੰ ਕਹਤਾ ਨਾਲੇ ਨਰਿੰਦਰ ਮੋਦੀ ਉਹਨਾਂ ਦੇ ਬਹੁਤ ਦੋਸਤ ਆ ਆਪਾਂ ਇਹਨਾਂ ਦੋਨਾਂ ਗੱਲਾਂ ਤੇ ਗੱਲ ਕਰੀਏ ਉਹਨਾਂ ਨੂੰ ਵੀ ਕਹਤਾ ਵੇ ਭਾਰਤ ਰੂਸ ਔਰ ਚੀਨ ਜਿਹੜੇ ਪ੍ਰੋਡੂਸ਼ਨ ਫੈਲਾ ਰਹੇ ਪ੍ਰੋਡੂਸ਼ਨ ਫੈਲਾ ਰਹੇ ਹੁਣ ਪਤਾ ਨਹੀਂ ਪੰਜਾਬ ਵਾਲਾ ਪ੍ਰੋਡੂਸ਼ਨ ਅਮਰੀਕਾ ਕਿੱਦਾਂ ਚਲੇ ਗਿਆ ਜੀ ਕਿਉਂਕਿ ਪੰਜਾਬ ਵਾਲਾ ਦਿੱਲੀ ਜਾ ਸਕਦਾ ਵਿਚੋਂ ਟੱਪ ਕੇ ਹਰਿਆਣਾ ਤੇ ਪਤਾ ਨਹੀਂ ਅਮਰੀਕਾ ਨੂੰ 트ੰਪ ਨੂੰ ਕਿਵੇਂ ਪਤਾ ਲੱਗ ਗਿਆ ਵੇ ਪੰਜਾਬ ਵਾਲਾ ਜਿਹੜਾ ਇੰਡੀਆ ਤੋਂ ਪ੍ਰਦੂਸ਼ਨ ਆ ਰਿਹਾ ਇਹ ਵੀ ਇੱਕ ਸੋਚਣ ਵਾਲੀ ਗੱਲ ਆ ਤੇ ਇਹਦੇ ਲਈ ਉਹਨਾਂ ਨੇ ਸੁਪਰੀਮ ਕੋਰਟ ਨੇ ਇੱਕ ਖੁਦ ਸੰਗਿਆਨ ਲਿਆ ਇਸ ਮਾਮਲੇ ਦਾ ਔਰ ਉਹਨਾਂ ਨੇ ਕਿਹਾ ਵੇ ਦੇਖੋ ਅਸੀਂ ਤਾਂ ਦਿੱਲੀ ਔਰ ਐਨਸੀਆਰ ਦੇ ਲੋਕਾਂ ਨੂੰ ਸਾਫ਼ ਔਰ ਸ਼ੁੱਧ ਹਵਾ ਦੇਣੀ ਆ ਜਿਹੜੇ ਉਹਨਾਂ ਨੂੰ ਬਿਮਾਰੀਆਂ 'ਚ ਘਿਰੇ ਆ ਉਹਨਾਂ ਨੂੰ ਅਸੀਂ ਬਚਾਉਣਾ ਆ ਲੋਕਾਂ ਨੂੰ ਤੇ ਕਿਸੇ ਤਰੀਕੇ ਨਾਲ ਪ੍ਰਦੂਸ਼ਨ ਖਤਮ ਹੋਣਾ ਚਾਹੀਦਾ ਉਹਦੀ ਨਿਗਰਾਨੀ ਲਈ ਉਹਨਾਂ ਨੇ ਕਿਹਾ ਕਿ ਹਰੇਕ ਬੰਦਾ ਆਪਣੇ ਆਪਣੇ ਦੋਸ਼ ਲਈ ਜਾਂਦਾ ਇਹਕ ਸਟੇਟ ਦੂਜੇ ਸਟੇਟ ਤੇ ਦੋਸ਼ ਲਾਈ ਜਾਂਦੀ ਆ ਇੱਕ ਸਰਕਾਰ ਦੂਜੇ ਸਰਕਾਰ ਤੇ ਲਾਈ ਜਾਂਦੀ ਆ ਉਹਨਾਂ ਦੇ ਵਾਸਤੇ ਉਹਨਾਂ ਨੇ ਇੱਕ ਮੈਮਰੀ ਇੱਕ ਸੇਵਾ ਮੁਕਤ ਜਾਜਾ ਲੋਕਰ ਉਹਦੇ ਆਧਾਰ ਤੇ ਇੱਕ ਮੈਮਰੀ ਕਮੇਟੀ ਬਣਾਈ ਆ ਜਿਹੜੀ ਕਿ ਉਹ ਨਿਗਰਾਨੀ ਕਰੂਗੀ ਤਿੰਨ ਸਟੇਟਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਯੂਪੀ ਚ ਨਾਲ ਪੰਜਾਬ ਹਰਿਆਣਾ ਯੂਪੀ ਦੇ ਚੀਫ ਸਕੱਟਰੀਆਂ ਨੂੰ ਈਵਨ ਜਿਹੜੇ ਪੋਲੂਸ਼ਨ ਕੰਟਰੋਲ ਬੋਰਡ ਦੇ ਉਹਨਾਂ ਦੇ ਜਿਹੜੇ ਅਥਾਰਟੀ ਆ ਉਹਨਾਂ ਨੂੰ ਕਿਹਾ ਪਈ ਇਹਦਾ ਸਹਿਯੋਗ ਕਰਨ ਇੱਕ ਗੱਲ ਨਾਲ ਹੋਰ ਵੀ ਉਹਨਾਂ ਨੇ ਕਹੀ ਆ ਪਈ ਇਹ ਇਸ ਮਾਮਲੇ ਦੇ ਵਿੱਚ ਐਨਸੀਸੀ ਤੇ ਸਕਾਊਟ ਜਿਹੜੇ ਆ ਉਹਨਾਂ ਦੇ ਜਿਹੜੇ ਗਾਈਡ ਆ ਉਹਨਾਂ ਦੀ ਮਦਦ ਲਈ ਜਾਵੇ ਜੀ ਪੇ ਉਹ ਇਸ ਤੁਹਾਡੇ ਪ੍ਰਾਲੀ ਸਾੜਨ ਦੇ ਜਿਹੜੇ ਨਿਗਰਾਨੀ ਕਰਨ ਦੇ ਵਿੱਚ ਉਹਨਾਂ ਦੀ ਜਿੰਨੀ ਮਦਦ ਲਵੋਗੇ ਉਹਨਾਂ ਦੀ ਰਿਪੋਰਟ ਬਣੂਗੀ ਇੱਕ ਜਿਹੜੀ ਹਰ 15 ਦਿਨ ਦੇ ਵਿੱਚ ਇਹ ਰਿਪੋਰਟ ਉਹ ਸੇਵਾਮੁਕਤ ਜੱਜ ਆਪਣੇ ਤੌਰ ਤੇ ਤਿਆਰ ਕਰਕੇ ਅਦਾਲਤ 'ਚ ਪੇਸ਼ ਕੀਤੀ ਜਾਊਗੀ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਇਹਦਾ ਕੋਈ ਅਸਰ ਦਿਸਣ ਨੂੰ ਮਿਲੇ ਪਰ ਜਿੱਥੇ ਤੱਕ ਪੰਜਾਬ ਦਾ ਲੱਗਦਾ ਪਈ ਹਰ ਵੇਲੇ ਪੰਜਾਬ ਦੇ ਸਿਰ ਮੜ ਮੜ ਦੇਣਾ ਪਈ ਪ੍ਰਾਲੀ ਸਾੜਦੇ ਤਾਂ ਹੀ ਸਾਡਾ ਪ੍ਰਦੂਸ਼ਣ ਹੁੰਦਾ ਉਹ ਵੀ ਕੁਝ ਹੱਦ ਤੱਕ ਠੀਕ ਨਹੀਂ ਲੱਗਦਾ ਮੈਨੂੰ ਪਰ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖਿਆ ਕਿ ਕਿਸਾਨਾਂ ਦੇ ਵਿੱਚ ਜਾਗਰੂਕਤਾ ਆਈ ਆ ਤੇ ਉਹਦੇ ਨਾਲ ਕਾਫੀ ਘਟੇ ਆ ਮਾਮਲੇ ਉਸ ਚੀਜ਼ ਨੇ ਮਾਮਲੇ ਕਾਫੀ ਘਟੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਚ ਜਿਹੜੇ ਇਹ ਮਾਮਲੇ ਆ ਹੋਰ ਘਟ ਜਾਣ ਤਾਂ ਜੋ ਸਾਡਾ ਜਿਹੜਾ ਵਾਤਾਵਰਣ ਸਾਫ਼ ਰਹੇ ਤੇ ਅਸੀਂ ਜ਼ਿੰਦਗੀ ਦੀਆਂ ਜਿਹੜੀਆਂ ਮੁੰਡਲੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਦੇ ਰਹੀਏ ਅਗਲੇ ਪ੍ਰੋਗਰਾਮ ਦੇ ਹਿੱਸੇ ਚ ਜਲਦੀ ਲੈ ਕੇ ਆਉਨੇ ਆ ਜੀ ਕੁਝ ਹੋਰ ਗੱਲਾਂ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਅਸੀਂ ਗੱਲਾਂ ਕਰਦੇ ਸੀ ਤੇ ਹੁਣ ਆਪਾਂ ਕੁਝ ਹੋਰ ਗੱਲਾਂ ਕਰਨੀਆਂ ਨੇ ਸ਼ਰਗਿਲ ਸਾਹਿਬ ਜੀ ਕਈ ਵਾਰ ਸਾਨੂੰ ਅਖਬਾਰ ਪੜ੍ਹਦੇ ਆ ਜਾਂ ਆਲੇ ਦੁਆਲੇ ਤੋਂ ਇਹੋ ਜਿਹੀਆਂ ਘਟਨਾਵਾਂ ਮਿਲਦੀਆਂ ਜਿਹੜੀਆਂ ਸਾਨੂੰ ਸਾਡੇ ਸਮਾਜ ਦੇ ਕੁਝ ਪੱਦੇ ਚਿਹਰੇ ਵੀ ਦਿਖਾਉਂਦੀਆਂ ਨੇ ਜੀ ਬਿਲਕੁਲ ਤੇ ਇਹੋ ਜੀ ਇੱਕ ਖਬਰ ਦੀ ਗੱਲ ਤੁਸੀਂ ਸਾਨੂੰ ਦੱਸ ਰਹੇ ਸੀ ਤੇ ਉਹ ਦੱਸਿਓ ਜਰਾ ਕੀ ਆ ਕਹਾਣੀ ਦੇਖੋ ਜੀ ਸਮਾਜ ਦੇ ਵਿੱਚ ਜਿਹੜਾ ਇਹ ਇੱਕ ਦੁਖਦਾਈ ਪਹਿਲੂ ਆ ਬਹੁਤ ਇਹ ਆਪਾਂ ਕਿਸੇ ਵੀ ਪਰਿਵਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਖਬਰਾਂ ਆਪਾਂ ਨੂੰ ਮਿਲਦੀਆਂ ਕਿਤੇ ਕੋਈ ਬੱਚੇ ਨੂੰ ਬੰਦਕ ਬਣਾਇਆ ਹੋਇਆ ਸੰਗਲਾ ਨਾ ਬੰਨਿਆ ਕਿਤੇ ਕਿਸੇ ਲੜਕੀ ਨੂੰ ਬਣਾਇਆ ਹੋਇਆ ਇੱਕ ਘਟਨਾ ਹੁਣ ਥੋੜੇ ਦਿਨਾਂ ਦੀ ਜਾਂ ਹਰਿਆਣੇ ਦੇ ਪਾਣੀਪਤ ਦੀ ਜਿੱਥੇ ਇੱਕ ਬੰਦੇ ਨੇ ਆਪਣੀ ਘਰ ਵਾਲੀ ਨੂੰ ਹੀ ਬਾਥਰੂਮ ਦੇ ਵਿੱਚ ਇੱਕ ਸਾਲ ਤੱਕ ਬੰਦ ਰੱਖਿਆ ਕਿਸੇ ਨੂੰ ਸੁਹ ਨਹੀਂ ਉਹਦੇ ਲੱਗਣ ਦਿੱਤੀ ਉਹ ਤਾਂ ਜਿਹੜੀ ਔਰਤਾਂ ਬਾਰੇ ਇੱਕ ਜਥੇਬੰਦੀ ਹੈ ਇੱਕ ਐਨਜੀਓ ਆ ਉਹਨਾਂ ਨੂੰ ਕਿਤੇ ਮਿਲਿਆ ਪਤਾ ਲੱਗਾ ਇਸ ਬਾਰੇ ਤੇ ਉਹਨਾਂ ਨੇ ਆ ਕੇ ਰਿਪੋਰਟਸ ਨੂੰ ਲਿਆ ਕੇ ਤੇ ਉਹ ਕੜਵਾਈ ਬਾਥਰੂਮ ਦੇ ਵਿੱਚੋਂ ਇੱਕ ਸਾਲ ਤੋਂ ਰੱਖੀ ਹੋਈ ਸੀ ਬੜਾ ਦੁੱਖ ਹੁੰਦਾ ਹੈ ਸੁਣ ਕੇ ਔਰ ਇਸ ਗੱਲ ਦੀ ਜਿਹੜੀ ਖਬਰ ਆਉਂਦੀ ਤੇ ਬੜਾ ਮਨ ਨੂੰ ਠੇਸ ਪਹੁੰਚਦੀ ਆ ਠੀਕ ਆ ਪਏ ਉਹਦੇ ਪਤੀ ਦਾ ਜਿਹੜਾ ਉਹਦੇ ਹਸਬੈਂਡ ਦਾ ਕਹਿਣਾ ਸੀ ਪਏ ਇਹ ਮੈਂਟਲੀ ਡਿਸਟਰਬ ਸੀ ਬਈ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਪਰ ਉਹਦੇ ਲਈ ਵੀ ਕੋਈ ਨਾ ਕੋਈ ਇਲਾਜ ਹੋ ਸਕਦਾ ਆ ਜਾਂ ਉਹਦੇ ਲਈ ਕੁਝ ਨਾ ਕੁਝ ਤਾਂ ਆਪਾਂ ਉਪਰਾਲਾ ਕਰਨਾ ਚਾਹੀਦਾ ਪਏ ਠੀਕ ਹੋ ਜਾਵੇ ਇਹ ਹੱਲ ਤਾਂ ਨਹੀਂ ਹੈਗਾ ਪਏ ਉਹਨੂੰ ਲਿਆ ਕੇ ਬਾਥਰੂਮ ਵਾਲੀ ਜਗਾ ਤੇ ਬੰਦ ਕਰ ਦੋ ਤੇ ਜਿੱਥੇ ਉਹ ਪਹਿਲਾਂ ਹੀ ਮੈਂਟਲੀ ਡਿਸਟਰਬ ਹੈ ਤੇ ਜਿੱਥੇ ਉਹਨੂੰ ਰੱਖਿਆ ਗਿਆ ਉਹ ਤੋਂ ਬਾਅਦ ਤਾਂ ਫਿਰ ਉਹ ਹੋਰ ਵੀ ਜ਼ਿਆਦਾ ਮੈਂਟਲੀ ਡਿਸਟਰਬ ਹੋ ਸਕਦੀ ਆ ਸੋ ਇਹ ਸਮਾਜ ਦੇ ਵਿੱਚ ਅਜਿਹੀਆਂ ਬਹੁਤ ਹੀ ਦੁਖਦਾਈ ਦੁਖਦਾਈ ਗੱਲਾਂ ਆਉਂਦੀਆਂ ਰਹਿੰਦੀਆਂ ਬੜਾ ਮਨ ਨੂੰ ਠੇਸ ਪਹੁੰਚਦੀ ਜਿਹੇ ਨਾਲ ਜੀ ਅਸੀਂ ਪਹਿਲਾਂ ਵੀ ਕੁਝ ਦਿਨ ਤੋਂ ਇਹੋ ਜੀਆਂ ਕਈ ਵਾਰ ਘਟਨਾਵਾਂ ਦੇਖਦੇ ਆਂ ਤੇ ਸਾਨੂੰ ਚਾਹੀਦਾ ਆ ਕਿ ਜੇ ਸਾਡਾ ਕੋਈ ਸੰਗੀ ਸਾਥੀ ਆ ਸਾਡਾ ਕੋਈ ਰਿਸ਼ਤੇਦਾਰ ਆ ਸਾਡਾ ਕੋਈ ਆਪਣੀ ਫੈਮਿਲੀ ਦਾ ਮੈਂਬਰ ਆ ਜੋ ਨਹੀਂ ਠੀਕ ਹੈਗਾ ਤਾਂ ਉਹਦਾ ਆਪਾਂ ਇਲਾਜ ਕਰਵਾਇਆ ਦੁੱਖ ਸ਼ਰੀਕ ਹੋ ਕੇ ਉਹਦਾ ਸਹੀ ਇਲਾਜ ਕਰਾਉਣਾ ਚਾ ਤੇ ਇਹੋ ਜਿਹਾ ਪਰਮਾਤਮਾ ਕਰੇ ਕਿ ਕਿਸੇ ਨਾਲ ਵੀ ਨਾ ਹੋਵੇ ਤੇ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਅਸੀਂ ਪਹਿਲਾਂ ਵੀ ਕਈ ਵਾਰ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਇਸ ਪ੍ਰੋਗਰਾਮ ਦੇ ذریعے ਅਸੀਂ ਆਪਣੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਕਈ ਵਾਰ ਕਿ ਜੇ ਤੁਹਾਡੇ ਆਲੇ ਦੁਆਲੇ ਜੇ ਕੁਝ ਇਹ ਜਿਹਾ ਵਾਪਰਦਾ ਹੈ ਤੇ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਕੋਰੋਂ ਨਹੀਂ ਤੇ ਘਟੋ ਘਟ ਕਿਸੇ ਹੋਰ ਨੂੰ ਦੱਸ ਦਿਓ ਸ਼ਾਇਦ ਕੋਈ ਹੋਰ ਮਦਦ ਕਰ ਸਕਦਾ ਹੋ ਮੇਰਾ ਖਿਆਲ ਨਹੀਂ ਆ ਕੋਈ ਵੀ ਇਦਾਂ ਦੀ ਚੀਜ਼ ਸਾਡੇ ਕੋਲ ਹੈਗੀ ਆ ਕਿ ਉਸ ਉਸ ਜਨਾਨੀ ਦੇ ਭਾਵੇਂ ਉਹ ਬਿਮਾਰ ਵੀ ਆ ਭਾਵੇਂ ਉਹ ਮਾਨਸਿਕ ਪਰੇਸ਼ਾਨ ਆ ਉਹਦੇ ਇੱਕ ਸਾਲ ਨੂੰ ਕੋਈ ਵਾਪਸ ਨਹੀਂ ਲਟਾ ਸਕਦਾ ਨਹੀਂ ਸਕਦਾ ਨਹੀਂ ਲਟਾ ਸਕਦਾ ਜੀ ਤੇ ਉਹਦਾ ਇਲਾਜ ਵੀ ਹੈਗਾ ਇਹ ਨਹੀਂ ਕਿ ਨਹੀਂ ਇਲਾਜ ਹੈਗਾ ਹਰ ਤਰ੍ਹਾਂ ਦਾ ਇਲਾਜ ਹੈਗਾ ਪਰ ਜੇ ਉਹ ਸਾਲ ਜਿਸ ਜਿਸ ਤਰੀਕੇ ਨਾਲ ਉਹ ਉੱਥੇ ਅੰਦਰ ਬੰਨੀ ਸੀਗੀ ਅੰਦਰ ਰੱਖੀ ਸੀਗੀ ਉਹ ਆਪਣੇ ਆਪ ਚ ਇੱਕ ਸੋਚ ਕੇ ਬੜਾ ਹੋਰ ਮਨ ਨੂੰ ਆਉਂਦਾ ਵੀ ਉਹ ਕਿਸ ਤਰੀਕੇ ਨਾਲ ਸਾਲ ਚ ਉੱਥੇ ਬਿਤਾਇਆ ਹੋਗਾ ਮੈਨੂੰ ਤੇ ਲੱਗਦਾ ਕਿ ਉਹ ਔਰਤ ਘੱਟ ਬਿਮਾਰ ਹੋਣੀ ਉਹਦਾ ਬੰਦਾ ਜ਼ਿਆਦਾ ਬੰਦਾ ਜ਼ਿਆਦਾ ਬਿਮਾਰ ਹੁਣ ਅਜੇ ਨੇ ਇਸ ਤਰੀਕੇ ਨਾਲ ਉਹਦਾ ਨਜ਼ਰੀਆ ਕੀਤਾ ਜੀ ਜੀ ਤੇ ਅਸੀਂ ਅਗਲੀ ਗੱਲ ਦੀ ਆਪਾਂ ਗੱਲ ਕਰੀਏ ਇਹਦੇ ਨਾਲ ਹੀ ਜੋੜ ਦੇਣਾ ਜੀ ਜਿਹੜੇ ਉਹ ਬਾਬੇ ਦੇ ਢਾਬੇ ਵਾਲੀ ਗੱਲ ਮੈਂ ਦੱਸਣੀ ਚਾਹੁੰਦਾ ਸੀਗਾ ਪਿੱਛੇ ਜੇ ਸੋਸ਼ਲ ਮੀਡੀਆ ਰਾਹੀਂ ਉਹ ਬਹੁਤ ਮਸ਼ਹੂਰ ਹੋਇਆ ਹਾਂ ਅਸੀਂ ਵੀ ਉਹਦੀ ਗੱਲ ਕੀਤੀ ਸੀ ਹਾਂ ਆਪਾਂ ਪਿਛਲੇ ਪ੍ਰੋਗਰਾਮ 'ਚ ਕੀਤੀ ਸੀਗੀ ਕਿਸੇ ਨੇ ਉਹਦੀ ਰੋਂਦੇ ਹੋਏ ਦੀ ਪਾਤੀ ਸੀ ਬਲੌਕਡਾਊਨ 'ਚ ਮੇਰਾ ਬਹੁਤ ਨੁਕਸਾਨ ਹੋਇਆ ਪਰ ਉਹਦਾ ਹੁਣ ਜਿਹੜਾ ਉਹਦਾ ਜੀਵਨ ਆ ਨਾ ਉਹ ਬੜਾ ਠੀਕ ਹੋ ਗਿਆ ਹਾਲ ਹੋ ਰਿਹਾ ਹੋਣੀ ਠੀਕ ਹੋ ਗਿਆ ਉਹਨਾਂ ਦੋਨਾਂ ਬਜ਼ੁਰਗ ਜੋੜੇ ਦੇ ਵਿੱਚ ਇੰਨਾ ਕੁ ਪਿਆਰ ਆ ਬੀਬੀ ਤੇ ਉਹ ਬਜ਼ੁਰਗ ਬੜਾ ਵਧੀਆ ਤਰੀਕੇ ਨਾਲ ਆਪਣਾ ਉਹ ਰੇਡੀ ਚਲਾ ਰਹੇ ਆ ਉਥੇ ਔਰ ਉਥੇ ਲਾਈਨਾਂ ਲੱਗਿਆ ਰਹੀਆਂ ਦੀਆਂ ਬਹੁਤ ਰਸ਼ ਪੈਂਦਾ ਜਦੋਂ ਤੋਂ ਸੋਸ਼ਲ ਮੀਡੀਆ ਤੇ ਗੱਲ ਆਈ ਆ ਉਹਨਾਂ ਦੇ ਨਾਲ ਕਿਸੇ ਬੰਦੇ ਨੇ ਗੱਲਬਾਤ ਕੀਤੀ ਤੇ ਉਥੋਂ ਬੜਾ ਦਿਲਚਸਪ ਗੱਲ ਸਾਹਮਣੇ ਆਈ ਆ ਉਹਨਾਂ ਬਜ਼ੁਰਗ ਨੇ ਦੱਸਿਆ ਵੀ ਸਾਡਾ ਉਹਦਾ ਨਾਮ ਹੈਗਾ ਕਾਂਤਾ ਪ੍ਰਸਾਦ ਤੇ ਜਿਹੜੀ ਉਹਦੀ ਘਰਵਾਲੀ ਆ ਉਹਦਾ ਨਾਮ ਹੈਗਾ ਬਦਾਮੀ ਅੱਛਾ ਜੀ ਇਹਨਾਂ ਨੇ ਦੋਨਾਂ ਦਾ ਵਿਆਹ 5 ਤੇ 3 ਸਾਲ ਦੀ ਉਮਰ ਦੇ ਵਿੱਚ ਹੋਇਆ ਦੱਸਦੇ ਆਓ ਘਰਦਿਆਂ ਨੇ ਘਰ ਤੋਂ ਪਰਦੇਸ ਦੇ ਵਿੱਚ ਉਦੋਂ ਮਾਲ ਵਿਆਹ ਦੀ ਹੁਣੀਆਂ ਕੋਈ ਕਿ ਇਸ ਵੇਲੇ ਉਹਨਾਂ ਦੀ ਉਮਰ 80 ਉੱਪਰ ਆ ਜੀ ਦੋਵੇਂ तकरीबन तकरीबन 80 ਦੇ ਉੱਪਰ ਬਜ਼ੁਰਗ ਦੀ ਆ ਤੇ ਜਿਹੜੀ ਮਾਤਾ ਦੀ ਆ ਉਹ ਅਸੀਂ ਦੇ ਨੇੜੇ ਤੇੜੇ ਆ ਤੇ ਉਦੋਂ ਇਹਨਾਂ ਦੀ ਉਮਰ 5 ਤਾਂ 3 ਸਾਲ ਸੀ ਔਰ ਉਹ ਦੱਸਦਾ ਬਾਬਾ ਆਪ ਖੁਦ ਵੀ ਸਾਨੂੰ ਕੁਝ ਨਹੀਂ ਪਤਾ ਸੀਗਾ ਕੀ ਹੋ ਰਿਹਾ ਕੀ ਨਹੀਂ ਆ ਅਸੀਂ ਤਾਂ ਗਏ ਲੱਡੂ ਲੁੱਡੂ ਖਾਦੇ ਆਪਣੇ ਜੋ ਮਠਾਈ ਖਾਂਦੇ ਜਿੱਦਾਂ ਬੱਚੇ ਖਾਂਦੇ ਹੁੰਦੇ ਬੱਚੇ ਇਹਨੂੰ ਕੋਈ ਪਤਾ ਨਹੀਂਦਾ ਕਹਿੰਦਾ ਜੋ ਉਹਨਾਂ ਨੇ ਰਿਵਾਜ ਕਰਨਾ ਸੀ ਜੋ ਉਹਨਾਂ ਨੇ ਰਵਾਇਤਾਂ ਕਰਨੀਆਂ ਸੀ ਉਹ ਪੂਰੀਆਂ ਕਰ ਲਈਆਂ ਉਹ ਆਪਣੇ ਘਰ ਚ ਲੱਗੀ ਮੈਂ ਆਪਣੇ ਘਰ ਆ ਗਿਆ ਕਹਿੰਦਾ ਇਦਾਂ ਹੀ ਕਿਤੇ ਮਹਿਮਾਨਾਂ ਵਾਂਗੂ ਜਾਣਾ ਕਿਸੇ ਦੇ ਘਰ ਮਿਲਣਾ ਉੱਥੇ ਮਿਲਣਾ ਇੱਕ ਦੂਜੇ ਨੂੰ ਹਾਈ ਹੈਲੋ ਕਰਕੇ ਜੋ ਵੀ ਜਿੱਦਾਂ ਬੱਚਿਆਂ ਨੂੰ ਖੇਡਣਾ ਇੱਕ ਦੂਜੇ ਕਾਫੀ ਚੱਲ ਚੱਲ ਲਾ ਰਿਆ 21 ਸਾਲ ਦੀ ਉਮਰ ਦੇ ਵਿੱਚ ਕਹਿੰਦਾ ਫਿਰ ਮੈਂ ਉਹ ਮੇਰੇ ਘਰ ਆਈ ਆ ਜਦੋਂ ਉਹਨਾਂ ਦਾ ਗ੍ਰਸਥੀ ਜੀਵਨ ਸ਼ੁਰੂ ਹੋਇਆ ਜੀ ਉਹ 21 ਸਾਲ ਦੇ ਮੁਕੰਮਲ ਹੋਣ ਤੋਂ ਬਾਅਦ ਗ੍ਰਸਥੀ ਜੀਵਨ ਸ਼ੁਰੂ ਹੋਣ ਤੋਂ ਬਾਅਦ ਫਿਰ ਇਹਨਾਂ ਨੇ ਕਹਿੰਦੇ ਸਾਨੂੰ ਤੰਗੀ ਤੁਰਸ਼ੀਆਂ ਬਹੁਤ ਦੇਖਣੀਆਂ ਪਈਆਂ ਕਾਫੀ ਮੁਸ਼ਕਲ ਪਰੇ ਹਾਲਾਤ ਰਹੇ ਆ ਯੂਪੀ ਦੇ ਵਿੱਚ ਜਦੋਂ ਕਹਿੰਦੇ ਸਾਡੀ ਪਹਿਲੀ ਬੇਟੀ ਹੋਈ ਆ ਦੋ ਬੇਟੇ ਔਰ ਇੱਕ ਬੇਟੀ ਹੁੰਦੇ। ਛੂ ਵੱਡੀ ਬੇਟੀ ਆ। ਜਦੋਂ ਬੇਟੀ ਹੋਈ ਤਾਂ ਫੇਰ ਮੈਨੂੰ ਲੱਗਾ ਪਏ ਇੱਥੇ ਸਾਡੇ ਹਾਲਾਤ ਠੀਕ ਨਹੀਂ ਹੈ। ਸਾਨੂੰ ਦਿੱਲੀ ਸ਼ਿਫਟ ਹੋਣਾ ਚਾਹੀਦਾ। ਔਰ ਉਦੋਂ 1964-65 ਦੀ ਗੱਲ ਦੱਸਦੇ ਆ ਵੀ ਅਸੀਂ ਦਿੱਲੀ ਆ ਗਏ ਸੀਗੇ। ਜੀ। ਉਦੋਂ ਉਹਨਾਂ ਨੇ ਹੋਰ ਕਈ ਤਰ੍ਹਾਂ ਦੇ ਸਬਜ਼ੀ ਵੇਚੀ, ਕਈ ਤਰ੍ਹਾਂ ਦਾ ਕੰਮ ਕੀਤਾ ਉਹਨਾਂ ਨੇ। ਫੇ ਅਖੀਰ ਆ ਕੇ ਉਹਨਾਂ ਨੇ ਕਹਿੰਦੇ ਵੀ ਮੇਰਾ ਇਸ ਜਨਾਨੀ ਨੇ ਸ਼ੁਰੂ ਤੋਂ ਇੰਨਾ ਸਾਥ ਦਿੱਤਾ ਨਾ। ਵੀ ਜੇ ਮੈਂ ਇਹਨੂੰ ਕਿਤੇ ਕੋਈ ਝਿੜਕ ਵੀ ਦਿੰਦਾ ਸੀ ਤੇ ਕਦੀ ਨਹੀਂ ਸੀ ਮੋਰੇ ਬੋਲੀ। ਮਤਲਬ ਪਿਆਰ ਦੇਖੋ ਜੇ ਆਪਾਂ ਪਹਿਲੀ ਗੱਲ ਕਰਦੇ ਆ ਪਹ ਇਹ ਉਸ ਬੰਦੇ ਨੇ ਆਪਣੇ ਜਨਾਨੀ ਨੂੰ ਇੱਕ ਮੈਂਟਲੀ ਡਿਸਟਰਬ ਨੂੰ ਬਜਾਏ ਉਸ ਨੂੰ ਸਵਾਰਨ ਦੇ ਬਜਾਏ ਉਸ ਨੂੰ ਠੀਕ ਕਰਨ ਦੇ ਉਹਨੂੰ ਇੱਕ ਬੰਦ ਕਰਕੇ ਆਪਣੇ ਗਲੋਂ ਲਾ ਕੇ ਰੱਖ ਦਿੱਤਾ ਦੂਜੇ ਪਾਸੇ ਇਹ ਬਜ਼ੁਰਗ ਜੋੜਾ ਆ ਦੇਖੋ ਕਿਵੇਂ ਜ਼ਿੰਦਗੀ ਜੀਂਦਾ ਆ 80 ਸਾਲ ਦੀ ਉਮਰ ਤੱਕ ਇਕੱਠੇ ਆ ਹਾਲਾਂਕਿ ਬੱਚੇ ਉਹਨਾਂ ਦੇ ਹੁਣ ਆਪਣਾ ਪਿੱਛੇ ਵੀ ਆਪਾਂ ਦੱਸਿਆ ਸੀ ਤੇ ਉਹ ਬਾਤ ਨਹੀਂ ਪੁੱਛਦੇ ਸੀ ਕਿ ਲਾਕਡਾਊਨ ਦੇ ਵਿੱਚ ਬਹੁਤ ਬੁਰਾ ਹਾਲ ਹੋ ਗਿਆ ਸੀਗਾ ਉਹ ਆਪਣੀ ਜ਼ਿੰਦਗੀ ਇਸ ਤਰੀਕੇ ਨਾਲ ਦੱਸਦਾ ਕਹਿੰਦਾ ਮੈਂ ਬਹੁਤ ਖੁਸ਼ ਹਾਂ ਸਿਰਫ ਇਹ ਦੇ ਕਰਕੇ ਵੀ ਮੈਨੂੰ ਇਸ ਜਨਾਨੀ ਦੇ ਸਾਥ ਨੇ ਇਸ ਔਰਤ ਨੇ ਮੇਰਾ ਸਾਥ ਇੰਨਾ ਦਿੱਤਾ ਕਿ ਮੈਂ ਇਸ ਇਸ ਮਕਾਮ ਤੇ ਪਹੁੰਚ ਸਕਿਆ ਪਰ ਹੁ ਦੇ ਨਾਂ ਸੋਸ਼ਲ ਮੀਡੀਆ ਦੇ ਵਿੱਚ ਸਾਡਾ ਨਾਂ ਆਉਂਦਾ ਨਾ ਤਾਂ ਅਸੀਂ ਕਹਿੰਦਾ ਪਤਾ ਨਹੀਂ ਸਾਡੇ ਨਾਲ ਕੀ ਵਾਪਰਨਾ ਸੀਗਾ ਇਹ ਆਪਾਂ ਉਹ ਦੂਜਾ ਸ਼ਬਦ ਤਾਂ ਨਹੀਂ ਵਰਤ ਸਕਦੇ ਕੁਝ ਵੀ ਹੋ ਸਕਦਾ ਸੀਗਾ ਪਰ ਮੈਂ ਉਹਨਾਂ ਨੇ ਧੰਨਵਾਦ ਕੀਤਾ ਔਰ ਉਸ ਮੁੰਡੇ ਨੇ ਫਿਰ ਆ ਕੇ ਇਹਨਾਂ ਦੇ ਕੋਲ ਬਹੁਤ ਹੀ ਖੁਸ਼ੀ ਵਾਲੇ ਪਲ ਦੇ ਵਿੱਚ ਨਾ ਉਹਨੇ ਚਿਹਰਾ ਇੰਨਾ ਖੁਸ਼ੀ ਵਾਲਾ ਜਿਹੜੀ ਫੋਟੋ ਖਿਚਾ ਕੇ ਉਹਨ ਪਾਈ ਆ ਤੇ ਉਹ ਆਪਾਂ ਉਹੀ ਮਹਿਸੂਸ ਕਰ ਸਕਦਾ ਜਿਨੇ ਉਸ ਬਜ਼ੁਰਗ ਜੋੜੇ ਦੇ ਜ਼ਿੰਦਗੀ ਚ ਖੁਸ਼ੀ ਲੈਂਦੀ ਆ ਜੀ ਤੁਸੀਂ ਦੱਸਿਆ ਕਿ 60 ਸਾਲ ਹੋ ਗਿਆ ਉਹਨਾਂ ਨੂੰ ਇਕੱਠੇ ਰਹਿੰਦੇ ਆ ਤੇ ਮੈਨੂੰ ਇੱਕ ਕਿਸੇ ਸ਼ਾਇਰ ਦੀ ਗੱਲ ਯਾਦ ਆਉਂਦੀ ਸੀ ਕਹਿੰਦਾ ਤੁਸੀਂ ਸਭ ਫੁੱਲ ਚੁਗ ਲੈਣਾ ਅਸੀਂ ਕੁਝ ਅਸੀਂ ਸਭ ਖਾਰ ਚੁੱਕਾਂਗੇ ਕਿ ਆਪਾਂ ਮਿਲ ਮਿਲਾ ਕੇ ਜ਼ਿੰਦਗੀ ਦਾ ਭਾਰ ਚੁੱਕਾਂਗੇ ਜੇ ਅਸੀਂ ਇਕੱਠੇ ਹੋ ਕੇ ਚੱਲੀਏ ਤੇ ਸਮੱਸਿਆਵਾਂ ਦਾ ਵੀ ਹੱਲ ਹੋ ਸਕਦਾ ਹੈ ਬਹੁਤ ਤੰਗੀ ਸੀ ਬਹੁਤ ਮੁਸ਼ਕਲਾਂ ਦੇ ਦੌਰ ਚ ਗੁਜ਼ਰੇ ਆ ਕਹਿੰਦਾ ਪਰ ਅਸੀਂ ਇੱਕ ਦੂਜੇ ਦਾ ਸਹਾਇਤਾ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਜੋੜ ਕੇ ਰਹੇ ਆ ਹੁਣ ਇਸ ਵੇਲੇ ਜ਼ਿੰਦਗੀ ਵਧੀਆ ਬਤੀਤ ਕਰ ਰਹੇ ਆ ਸ਼ਿਰਗਲ ਸਾਹਿਬ ਸਮਾਂ ਨਾ ਹੋ ਜਾਏ ਪ੍ਰੋਗਰਾਮ ਦਾ ਤੇ ਅਸੀਂ ਗੱਲ ਵਿੱਚ ਬਿਹਾਰ ਚੋਂਾਂ ਦੀ ਜ਼ਰੂਰ ਦੱਸਣੀ ਆ ਕਿ ਉ ਦੇ ਦੇ ਉੱਥੇ ਰੋਜ਼ਾਨਾ ਹੀ ਨਵਾਂ ਇੱਕ ਦਿਲਚਸਪ ਪਹਿਲੂ ਆਉਂਦਾ ਜੀ ਜੀ ਹੁਣ ਜਿੱਥੋਂ ਤੱਕ ਮੈਂ ਪਹਿਲਾਂ ਵੀ ਦੱਸਿਆ ਸੀ ਪੇ ਜਿਹੜੇ ਪਾਸਵਾਨ ਦੀ ਪਾਰਟੀ ਸੀ ਲੋਕ ਜਨਸ਼ਤੀ ਆ ਉਹਨੇ ਐਨਡੀਆ ਚੋਂ ਨਾਤਾ ਤੋੜ ਲਿਆ ਪਰ ਉਹ ਹਾਲੇ ਵੀ ਬੀਜੇਪੀ ਦਾ ਚਿਹਰਾ ਮੋਰਾ ਮੋਦੀ ਨੂੰ ਵਰਤ ਰਿਆ ਭਾਜਪਾ ਨੇ ਦਬਕਾ ਮਾਰਿਆ ਪਰ ਨਹੀਂ ਸਾਡਾ ਚਿਹਰਾ ਤੇ ਨਹੀਂ ਵਰਤ ਸਕਦਾ ਉਹ ਕਹਿੰਦਾ ਪ੍ਰਧਾਨ ਮੰਤਰੀ ਤੁਹਾਡਾ ਇਕੱਲੇ ਤਾਂ ਨਹੀਂ ਹੁਣ ਉਹਦੀ ਜਿਹੜੀ ਨਵੀਂ ਗੱਲ ਇੱਕ ਸਾਹਮਣੇ ਆਈ ਨਾ ਉਹ ਕੱਲ ਹੋ ਕਿਸੇ ਚੈਨਲ ਨੂੰ ਇੰਟਰਵਿਊ ਦੇ ਰਿਹਾ ਸੀ ਮੇਰਾ ਆਸਾ ਨਿਕਲ ਗਿਆ ਉਹ ਕਹਿੰਦਾ ਜੀ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਹਨੂਮਾਨ ਆ ਅੱਛਾ ਜੀ ਉਹ ਕਹਿੰਦਾ ਮੇਰਾ ਦਿਲ ਚੀਰ ਕੇ ਦੇਖ ਲਓ ਮੇਰੇ ਦਿਲ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਸਦੇ ਆ ਮੈਂ ਬੀਜੇਪੀ ਦਾ ਸੀ ਬੀਜੇਪੀ ਦਾ ਹੈਗਾ ਬੀਜੇਪੀ ਦਾ ਰਹੇਗਾ ਜੀ ਪਰ ਬੀਜੇਪੀ ਵਾਲੇ ਕੀ ਕਹਿ ਰਹੇ ਉਲਟ ਕਹਿੰਦੇ ਚਿਰਾਗ ਪਾਸਵਾਨ ਗੁੰਮਰਾਹ ਕਰ ਰਿਹਾ ਜੀ ਲੋਕਾਂ ਨੂੰ ਬੀਜੇਪੀ ਦੇ ਨਾਂ ਤੇ ਵੋਟਾਂ ਮੰਗ ਰਿਹਾ ਅੱਛਾ ਤੇ ਕਦੇ ਹੋਈ ਨਹੀਂ ਸਕਦਾ ਵੀ ਇਹਦੇ ਨਾਲ ਚੱਲਾਂਗੇ ਤੇ ਇਹਦੇ ਨਾਲ ਉਹਦਾ ਫਿਰ ਜਵਾਬ ਇਹੀ ਆਉਂਦਾ ਕਹਿੰਦਾ ਆਉਂਦੀ ਸਰਕਾਰ ਅਸੀਂ ਐਲ ਜੀ ਪੀ ਤੇ ਬੀ ਜੀ ਪੀ ਦੀ ਬਣਨੀ ਆ ਅੱਛਾ ਜੀ ਨਿਤਿਸ਼ ਨੂੰ ਤਾਂ ਪ੍ਰਧਾਨ ਮੁੱਖ ਮੰਤਰੀ ਬਣ ਦੇਣਾ ਹੀ ਨਹੀਂ ਕਹਿੰਦੇ ਮੇਰੇ ਪਿਓ ਦਾ ਸੁਪਨਾ ਸੀ ਰਾਮਵिलास पासवान ਜਿਉਂਦੇ ਜੀ ਮੈਨੂੰ ਕਹਿ ਗਏ ਸੀ ਜੇ ਸਾਡੇ ਹੁੰਦੇ ਹਾਂ ਹੁਣ ਦੁਬਾਰਾ ਮੁੱਖ ਮੰਤਰੀ ਨਿਤਿਸ਼ ਨਹੀਂ ਬਣਨਾ ਚਾਹੀਦਾ ਮਤਲਬ ਨਿਤਿਸ਼ ਨੂੰ ਆਪਣੇ ਦੁਸ਼ਮਣ ਕਹਿ ਕੇ ਉਹ ਨਿਤਿਸ਼ ਨੂੰ ਆਪਣਾ ਦੁਸ਼ਮਣ ਸਮਝਦਾ ਆ ਤੇ ਭਾਜਪਾ ਨੂੰ ਕਿਉਂਕਿ ਸੈਂਟਰ ਦੇ ਵਿੱਚ ਮੰਤਰੀ ਰਿਹਾ ਉਹਦਾ ਪਿਓ ਹੁਣ ਇਹ ਡੈਟ ਹੋਈ ਆ ਰਾਮਵिलास पासवान ਹੁਣਾ ਤੇ ਉਹ ਵੀ ਉਹਦੇ ਵਿੱਚ ਭਾਈਵਾਲ ਦਿੱਲੀ 'ਚ ਹੈਗਾ ਆ ਤੇ ਉੱਥੇ ਕਸ਼ਮਕਸ਼ ਇਸ ਤਰੀਕੇ ਨਾਲ ਚੱਲ ਰਹੀ ਆ ਤੇ ਉਹ ਕਹਿੰਦਾ ਭਾਜਪਾ ਦੇ ਨਾਲ ਆ ਉਹ ਕਹਿੰਦੇ ਜੀ ਨਿਤਿਸ਼ ਨੂੰ ਨਾਲ ਨਿਤਿਸ਼ ਦੇ ਮੂੰਹ ਨੂੰ ਉਹ ਕਹਿੰਦੇ ਨਹੀਂ ਜੀ ਸਾਡਾ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਤੇ ਦਿੱਲੀ 'ਚ ਰੱਖਿਆ ਹੋਇਆ ਬਿਹਾਰ 'ਚ ਸਾਡਾ ਕੋਈ ਮ ਹੁਣ ਉਹਦੇ ਨਾਲ ਇੱਕ ਹੋਰ ਪਹਿਲੂ ਉੱਥੇ ਆ ਗਿਆ ਹੁਣ ਸ਼ਤਰੂਜੀ ਜਿਹੜੇ ਸਾਡੇ ਬਾਲੀਵੁੱਡ ਦੇ ਦਿਗਜ ਅਦਾਕਾਰ ਆ ਜੀ ਉਹ ਆਪ ਵੀ ਬੜੇ ਵੱਡੇ ਸਿਆਸਦਾਨ ਰਹੇ ਆ ਸੈਂਟਰ 'ਚ ਵੀ ਮੰਤਰੀ ਰਹੇ ਆ ਬਿਹਾਰ 'ਚ ਉਹ ਕਹਿੰਦੇ ਬਿਹਾਰ 'ਮੈਂ ਬਹੁਤ ਜਾਨਵਾ ਜੀ ਬਿਹਾਰ 'ਚ ਜਾਨ ਬਹੁਤ ਆ ਕਹਿੰਦੇ ਪਰ ਕਹਿੰਦੇ ਮੌਜੂਦਾ ਹਾਲਾਤ ਨੂੰ ਦੇਖ ਕੇ ਮਨ ਦੁਖੀ ਹੁੰਦਾ ਤੇ ਬਿਹਾਰੀਆਂ ਦੀ ਜਿਹੜੀ ਦਸ਼ਾ ਹੋਣ ਹੋਈ ਆ ਇਹ ਪਹਿਲਾਂ ਨਹੀਂ ਸੀ ਇਹ 15 ਸਾਲ ਦੇ ਵਿੱਚ ਨਿਤੀਸ਼ ਕੁਮਾਰ ਨੇ ਕੁਝ ਨਹੀਂ ਕੀਤਾ ਇਸੇ ਲਈ ਉਹਨਾਂ ਨੇ ਲਿਆ ਕੇ ਆਪਣਾ ਮੁੰਡਾ ਲਵ ਜੜਾ ਵੱਡਾ ਆ ਉਹਨੂੰ ਲਿਆ ਕੇ ਚੋਣ ਮੈਦਾਨ 'ਚ ਉਤਾਰ ਦਿੱਤਾ ਕਾਂਗਰਸ ਵੱਲੋਂ ਟਿਕਟ ਲਈ ਮਿਲੀ ਉਹਨੂੰ ਚੋਣ ਮੈਦਾਨ 'ਚ ਉਤਰਿਆ ਔਰ ਕੱਲ ਉਹ ਪੂਨਮ ਸਿਨੇਮਾ ਸਿਨਾ ਜਿਹੜੀ ਉਹਦੀ ਮਾਤਾ ਆ ਉਹਦੇ ਨਾਲ ਜਾ ਕੇ ਕਾਗਜ਼ ਵੀ ਭਰ ਕੇ ਆਇਆ ਅੱਛਾ ਜੀ ਇਹਦੇ ਵਿੱਚ ਇੱਕ ਹੋਰ ਵੀ ਉਹ ਜਿਹੜੇ ਨਾ 뮤지컬 트ੈਂਡ ਚੱਲਦਾ ਉੱਥੇ ਉੱਥੇ ਇੱਕ ਗਾਣਾ ਬੜਾ ਭੋਜਪੂਰੀ ਚੱਲਦਾ ਜੀ ਬਿਹਾਰ ਮੈਂ ਕਾ ਬਾ ਅੱਛਾ ਜੀ ਦੂਜਾ ਕਹਿੰਦਾ ਬਿਹਾਰ ਮੈਂ ਈ ਬਾ ਅੱਛਾ ਜੀ ਉਹ ਦੋਨੋਂ ਗਾਣਿਆਂ ਦੇ ਵਿੱਚ ਜਿਹੜਾ ਚੱਲਦਾ ਨਾ ਭਾਜਪਾ ਕਹਿੰਦੀ ਆ ਪੇ ਜਿਹੜਾ ਸਾਡਾ ਗਾਣਾ ਇਹ ਚਿਰਾਗ ਪਾਸਵਨ ਵਤ ਰਿਆ ਅੱਛਾ ਅਸੀਂ ਆਪਣਾ ਚੋਣ ਪ੍ਰਚਾਰ ਲਈ ਲਾਇਆ ਹੋਇਆ ਤੇਰਾ ਆਪਣਾ ਗਾਣਾ ਤਾਂ ਆਪਣਾ ਬਣਾ ਤੂੰ ਸਾਡਾ ਗਾਣਾ ਨਾ ਵਰਤ ਉਹ ਈ ਵਾ ਤੇ ਬਾ ਵਾ ਚ ਲੰਡਿਆ ਉਥੇ ਉਹਦੇ ਵਿੱਚ ਲੈ ਕੇ ਛਤਰੂ ਨੇ ਫਿਰ ਕਹਿਤਾ ਵੀ ਬਿਹਾਰ ਮੇ ਬਹੁਤ ਜਾਨ ਬਾ ਜੀ ਜਿੱਦਾਂ ਉਹਦਾ ਉਹਦਾ ਜਿਹੜਾ ਅੰਦਾਜ਼ ਆ ਬੋਲਣ ਦਾ ਸੋ ਕੋਲ ਮਿਲਾ ਕੇ ਹੁਣ ਉਹਦੇ ਅਸੀਂ ਕਿਚੜੀ ਪੱਕੀ ਹੂਆ ਤੇ ਜਸਵੀ ਨੇ ਵੀ ਆਪਣਾ ਚੋਣ ਮਹਿੰਮ ਦਾ ਆਗਾਜ਼ ਕਰ ਦਿੱਤਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਖੂ ਭਖੂਗਾ ਉਹ ਚੋਣ ਪ੍ਰਚਾਰ ਕਿਉਂਕਿ ਪ੍ਰਧਾਨ ਮੰਤਰੀ ਨੇ ਉਥੇ 12 ਰੈਲੀਆਂ ਕਰਨੀਆਂ ਜੀ ਨਿਤਿਸ਼ ਕੁਮਾਰ ਦੇ ਹੱਕ ਚ ਭਾਜਪਾ ਦੇ ਹੱਕ ਚ 12 ਚੋਣ ਰੈਲੀਆਂ ਕਰਨ ਜਾਣਾ ਉਹਨਾਂ ਨੇ ਫਿਰ ਉਸ ਤੋਂ ਬਾਅਦ ਕਾਂਗਰਸ ਵੱਲੋਂ ਵੀ ਰਾਹੁਲ ਜਾਵੇਗੀ ਜਾਵੇਗਾ ਪ੍ਰਿਯੰਕਾ ਜਾਊਗੀ ਪ੍ਰਿਯੰਕਾ ਗਾਂਧੀ ਜਾਊਗੀ ਹੋ ਸਕਦਾ ਸੋਨੀਆ ਵੀ ਜਾਵੇ ਪਰ ਉਹਨਾਂ ਦੀ ਆਸ ਘਟਿਆ ਪਰ ਇਹਨਾਂ ਨੇ ਜਾ ਕੇ ਜਦੋਂ ਇਹ ਪਹੁੰਚਣਗੇ ਉੱਥੇ ਫਿਰ ਚੋਣ ਪ੍ਰਚਾਰ ਜਿਹੜਾ ਉਹ ਸਿਖਰ ਤੇ ਹੋਊਗਾ ਹਲੇ ਉੱਥੇ ਜਿਹੜਾ ਇਹ ਕਸ਼ਮਕਸ਼ੀ ਆ ਪੇ ਤੂੰ ਮੇਰਾ ਗਾਣਾ ਵਰਤ ਰਿਆਂ ਤੇ ਮੈਂ ਤੇਰਾ ਚਿਹਰਾ ਵਰਤ ਰਿਆਂ ਇਹ ਕਸ਼ਮਕਸ਼ ਦੇ ਵਿੱਚ ਹੀ ਚੋਣ ਪ੍ਰਚਾਰ ਚੱਲ ਰਿਹਾ ਉੱਥੇ ਜੀ ਉਧਰੋਂ ਸਿਆਲ ਆ ਜਾਣਾ ਨਵੰਬਰ ਚ ਤੇ ਉਧਰੋਂ ਬੀਜੇਪੀ ਉਧਰ ਸੌਰੀ ਬਿਹਾਰ ਦੇ ਰਿਜ਼ਲਟ ਆ ਜਾਣੇ ਫਿਰ ਦੇਖਾਂਗੇ ਕਿ ਗਰਮ ਹੁੰਦੇ ਆ ਕਿ ਠੰਡੇ ਹੁੰਦੇ ਆ ਇਹ ਜਿਹੜੀ ਬਾ ਆ ਈਆ ਇਹ ਹੁਣ ਪਤਾ ਨਹੀਂ ਕਿੱਥੋਂ ਨਿਕਲਦੀ ਜਾ ਕੇ 3 ਨਵੰਬਰ ਨੂੰ ਪਤਾ ਲੱਗੂਗਾ ਜੀ ਇੱਕ ਭਾਰਤ ਸਰਕਾਰ ਨੇ ਹੋਰ ਇੱਕ ਗਿਣਤੀ ਸ਼ੁਰੂ ਕੀਤੀ ਹੈ ਜਨਗਣਨਾ ਤਾਂ 2020 21 ਵਾਲੀ ਨਹੀਂ ਹੋਈ ਤੇ ਇਹ ਸ਼ਰਮ ਗਣਨਾ ਕਰਨ ਲੱਗਿਆ ਇਹ ਕੀ ਆ ਜੀ ਦੇਖੋ ਬੜੀ ਹੈਰਾਨਗੀ ਵਾਲੀ ਗੱਲ ਹੈ 70 ਸਾਲ ਹੋ ਗਏ ਆਜ਼ਾਦ ਹੋਇਆ ਨੂੰ ਦੇਸ਼ ਨੂੰ ਤੇ ਸਾਡੇ ਦੇਸ਼ ਦੇ ਜਿਹੜੇ ਸਿਆਸਤਦਾਨ ਆ इवन ਸੱਤਾ 'ਚ ਬੈਠੇ ਆ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਵੀ ਸਾਡੇ ਦੇਸ਼ ਵਿੱਚ ਮਜ਼ਦੂਰ ਕਿੰਨੇ ਆ ਜੀ ਕਿੰਨੀ ਲੇਬਰ ਕੰਮ ਕਰਦੀ ਆ ਕਿਹੜੇ ਸਟੇਟ 'ਚ ਕੰਮ ਕਰਦੀ ਆ ਕਿਹੜੇ ਸਟੇਟ ਤੋਂ ਕਿੱਧਰ ਜਾ ਕੇ ਕੰਮ ਕਰਦੀ ਆ ਇਹ ਰੌਲਾ ਉਦੋਂ ਪਿਆ ਜਦੋਂ ਲਾਕਡਾਊਨ ਦੇ ਵਿੱਚ ਮਜ਼ਦੂਰ ਆਪਣੇ ਗ੍ਰਹਿ ਸਟੇਟਾਂ ਨੂੰ ਜਾਣ ਲਈ ਪੈਦਲ ਲੱਖਾਂ ਕਿਲੋਮੀਟਰ ਚੱਲ ਪਏ ਜੀ ਉਦੋਂ ਉਦੋਂ ਜਦੋਂ ਬਾਅਦ ਚ ਰੌਲਾ ਪਿਆ ਤਾਂ ਫਿਰ ਸੰਸਦ ਦੇ ਚ ਗੱਲ ਉੱਠੀ ਵੀ ਭਾਈ ਇਹਨਾਂ ਲੋਕਡਾਊਨ ਦੇ ਵਿੱਚ ਜਦੋਂ ਜਾ ਰਹੇ ਸੀ ਮਜ਼ਦੂਰ ਉਹਨਾਂ ਦੇ ਇੰਨੀਆਂ ਮੌਤਾਂ ਹੋ ਗਈਆਂ ਉੱਥੇ ਫਿਰ ਮੰਤਰੀ ਨੇ ਸੰਸਦ ਚ ਕਿਹਾ ਤਾਂ ਸਾਨੂੰ ਤਾਂ ਭਾਈ ਕੋਈ ਜਾਣਕਾਰੀ ਨਹੀਂ ਜੀ ਬੜੀ ਹੈਰਾਨਗੀ ਦੀ ਗੱਲ ਆ ਦੇਸ਼ ਦਾ ਮਜ਼ਦੂਰ ਜਿਹੜਾ ਉਹ ਕਿਸੇ ਐਕਸੀਡੈਂਟ 'ਚ ਜਾਪ ਤੁਰਿਆ ਮਰ ਜਾਵੇ ਉਹਨੂੰ ਲੈ ਕੇ ਇਹਨਾਂ ਨੇ ਹੁਣ ਇਹ ਕੀਤਾ ਪਿਆ ਅਸੀਂ ਇਹਦੀ ਜਿਹੜੀ ਸ਼ਰਮ ਗਣਨਾ ਕਰਾਂਗੇ ਆਉਣ ਦੇ ਦਿਨਾਂ ਦੇ ਵਿੱਚ ਪੇ ਲੇਬਰ ਦੇ ਜਿਵੇਂ ਵਕੀਲਾਂ ਦੀ ਹੋਰ ਪ੍ਰੋਫੈਸ਼ਨ ਜਿਹੜੇ ਕੰਮ ਕਰਦੇ ਉਹਨਾਂ ਦੇ ਵਿੱਚ ਗਿਣਤੀ ਹੁੰਦੀ ਆ ਇਹਦਾ ਮਜ਼ਦੂਰਾਂ ਦੀ ਗਿਣਤੀ ਵੀ ਆਉਂਦੇ ਦਿਨਾਂ 'ਚ ਸਰਕਾਰ ਕਰਨ ਵਾਲੀ ਆ ਜੀ ਤੁਸੀਂ ਮੈਨੂੰ ਯਾਦ ਆ ਤੁਸੀਂ ਇਸ ਵਿਸ਼ੇ ਦੇ ਉੱਤੇ ਇੱਕ ਵਾਰ ਲੇਖ ਵੀ ਲਿਖਿਆ ਸੀ ਜਿਹੜੇ ਮਜ਼ਦੂਰ ਰਪਲਾਨ ਕਰ ਰਹੇ ਸੀ ਜਦੋਂ ਬਿਲਕੁਲ ਪੈਰਾਂ ਨਾਲ ਪੈਰਾਂ ਨਾਲ ਹੀ ਨਾਪ ਦਿੱਤੀ ਕਰੋਣਾ ਲਕਾ ਮੀਲਾਂ ਦਾ ਪਿੰਡਾ ਜੀ ਜੀ ਸ਼ੇਰਗਿਲ ਸਾਹਿਬ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਕਰਦੇ ਰਾਵਾਂਗੇ ਵਿਚਾਰ ਬਹੁਤ ਹੁੰਦੇ ਆ ਤੇ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਜਿਹੜੀਆਂ ਦੱਸਣ ਵਾਲੀਆਂ ਵੀ ਆ ਤੇ ਰੜਕਣ ਵਾਲੀਆਂ ਵੀ ਆ ਸ਼ੇਰਗਿਲ ਸਾਹਿਬ ਸਮਾਂ ਹੁਣ ਆਇਤ ਨਹੀਂ ਦਿੰਦਾ ਅਗਲੀ ਵਾਰ ਕਰਾਂਗੇ ਵਿਚਾਰ ਚਰਚਾ ਦੇ ਵਿੱਚ ਕੁਝ ਹੋਰ ਵਿਚਾਰਾਂ ਤੇ ਚਰਚਾ